ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੋਂ ਵੱਡਾ ਇੱਥੋਂ ਤੱਕ ਕਹਿਤਾ ਪਿਤਾ ਜੀ ਨੇ ਕਬੀਰ ਧਿਆਇਓ ਏਕ ਰੰਗ ਕਿਹਨੂੰ ਧਿਆਇਆ ਸੀ ਨਾਮ ਦਿਓ ਹਰ ਜੀਓ ਬਸੇ ਸੰਗ ਕਿਹਨੂੰ ਸੰਗ ਜਾਣਿਆ ਸੀ ਉਹਨਾਂ ਨੇ ਨਾਮ ਰਵਿਦਾਸ ਧਿਆਇਓ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਾਰੇ ਬੋਲੋ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਸੰਗਤ ਜੀ ਸਭ ਤੇ ਵੱਡਾ ਰਾਖੀ ਮੇਰੀ ਮਹਾਂਪੁਰਸ਼ ਪੜ੍ਹਾਉਂਦੇ ਸੀ ਥੋੜ੍ਹੀ ਹਾਜ਼ਰੀ ਲਾਇਓ ਪੰਜ ਮਿੰਟ ਕੋਈ ਜਿੱਤ ਨਹੀਂ ਸਕਿਆ ਜੀ ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ ਕੋਈ ਬੋਲੇ ਕੋਈ ਜਿੱਤ ਸੱਚਾਈ ਗਾ ਰਹੇ ਹੋ ਸੱਚਾਈ ਬਾਬੇ ਨੂੰ ਕੋਈ ਨਹੀਂ ਜਿੱਤ ਸਕਿਆ ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਸੰਗਤ ਬੋਲੇ ਕੋਈ ਜਿੱਤ ਬਾਬੇ ਨਾਨਕ ਨੂੰ ਬਾਬੇ ਨਾਨਕ ਨੂੰ ਬਾਬੇ ਨਾਨਕ ਨੂੰ ਬਾਬੇ ਨਾਨਕ ਸੰਗਤ ਬੋਲੇ ਬਾਬੇ ਨਾਨਕ ਮਾਣ ਕਰੋ ਬਾਬੇ ਨੂੰ ਨਹੀਂ ਕੋਈ ਜਿੱਤ ਸਕਿਆ ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ ਕੋਈ ਫਿਰ ਬਾਬਾ ਮੱਕੇ ਗਿਆ ਮੱਕੇ ਗਿਆ ਨੀਲ ਬਸਤਰ ਧਾਰ ਬਨਵਾਰੀ
ਆਸਾ ਹੱਥ ਆਸਾ ਕਹਿੰਦੇ ਸੋਟੇ ਨੂੰ ਕਿਤਾਬ ਕੱਛ ਕੁਜਾ ਵਾਂਗ ਮੁਸੱਲਾ ਧਾਰੀ ਬੈਠਾ ਜਾਏ ਮਸੀਤ ਵਿੱਚ ਜਿੱਥੇ ਖਾਜੀ ਹੱਜ ਗੁਜ਼ਾਰੀ ਜਾਂ ਬਾਬਾ ਸੁਤਾ ਰਾਤ ਨੂੰ ਸੁੱਤਾ ਨਹੀਂ ਕਹਿਣਾ ਸੁਤਾ ਸਾਡੇ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ ਜਿੱਦਣ ਗੁਰੂ ਨਾਨਕ ਸੌਂ ਗਿਆ ਪਰਲੋ ਆ ਜਾਏਗੀ ਉਹ ਨਹੀਂ ਸੌਂਦਾ ਸੁਤਾ ਮੌਜ ਵਿੱਚ ਸੁੱਤਾ ਤੇ ਸੁਤਾ ਬੜਾ ਫਰਕ ਹੈ ਜਾਂ ਬਾਬਾ ਸੁਤਾ ਰਾਤ ਨੂੰ ਵੱਲ ਮੇਰਾ ਬੇਪਾਏ ਪਸਾਰੀ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਰੀ ਟੰਗੋਂ ਪਕੜ ਘਸੀਟਿਆ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਹੋਏ ਪਿਆ ਬਜਗਾਰੀ ਟੰਗੋਂ ਪਕੜ ਘਸੀਟਿਆ ਆ ਜੇ ਬਾਬਾ ਜੇ ਬਾਬਾ ਕੋਈ ਨੀ ਜਿੱਤ ਸਕਿਆ ਬਾਬੇ ਨੂੰ ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਨ ਜੁਗਾਰੀ ਜਿਵੇਂ ਟੰਗ ਪਕੜੀ ਘਸੀਟਿਆ ਪਰੇ ਮੱਕਾ ਉੱਧਰ ਫਿਰ ਉੱਧਰ ਲੱਤਾਂ ਫਿਰ ਮੱਕਾ ਹੀਰ ਵਾਜ ਆਈ ਉਹ ਜੀਵਨ ਜਿੱਧਰ ਚਰਨ ਨੇ ਉਧਰ ਮੈਂ ਕਹਿ ਦਿਓ ਗੱਜ ਕੇ ਸਾਧਨਾ ਟੰਗੋ ਪਕੜ ਘਸੀਟਿਆ ਹਿਰਿਆ ਮੱਕਾ ਕਲਾ ਦਿਖਾਰੀ ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ ਕੋਈ ਜਿੱਤ ਨਹੀਂ ਸਕਿਆ ਸੰਗਤ ਬੋਲੇ ਕੋਈ ਜਿੱਤ ਗੜ ਬਗਦਾਦ ਨਵਾਈ ਕੇ ਮੱਕਾ ਮਦੀਨਾ ਸਭ ਨਿਵਾਇਆ ਕਿੱਡਾ ਮੌਕੇ ਦਾ ਪ੍ਰਮਾਣ ਦਿੱਤਾ ਬੱਚੇ ਨੇ ਗੜ ਜਿਹੜਾ ਗੜ ਸੀ ਨਾ ਉਹਨਾਂ ਦਾ ਬਗਦਾਦ ਉਹ ਵੀ ਨਿਉਇਆ ਮੱਕਾ ਵੀ ਨਿਉਇਆ ਮਦੀਨਾ ਵੀ ਕੋਈ ਨੀ ਬਾਬੇ ਨੂੰ ਜਿੱਤ ਸਕੇ ਗੜ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭੇ ਨਿਵਾਇਆ ਸਿੱਧ ਚੌਰਾਸੀ ਮੰਡਲੀ ਖੱਟ ਦਰਸਨ ਪਾਖੰਡ ਜਿਣਾਇਆ ਮਿੱਠਾ ਮਿੱਠਾ ਜਾਪ ਰੱਖੋ ਮਿੱਠਾ ਮਿੱਠਾ ਵਾਹਿਗੁਰੂ ਪਾਤਾਲਾ ਜਿੱਤੀ ਧਰਤੀ ਜਗਤ ਸਬਾਇਆ ਬਾਬਾ ਜਿੱਤੀ ਨੌ ਖੰਡ ਮੇਦਨੀ ਜਿੱਤੀ ਨੌ ਖੰਡ ਮੇਦਨੀ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ ਬੋਲੇ
कोई जेत नहीं तरी निशानी कौस दी तरी निशानी तरी निशानी कौस दी मक्के अंदर पूज कराई जिथे जाई जगत विच बाबे बाज न खाली जाई देख जो फरीदाबाद आलियो बाबे के देख जो कर कर बाबा पूजिए ओ बाबा पूजिए भाई गुरदास जी दी वारा ने कर कर बाबा पूजिए हिंदू मुसलमान गुआई कोई जेत नहीं सत्या जी बाबे नानक नू कोई जेत नहीं सत्या जी बाबे नानक बोले कोई पाया आनंद जगत विच कल तारण गुरु नानक आया जगत विच कल तारण गुरु नानक आया हिंदू मुसलमान निवाया कोई जित नहीं सकया जी बाबे नानक नू कोई जित नहीं सकया जी बाबे नानक नू मेला सुन शिव रात दा बाबा अचल वटाले आई दर्शन वेखण कारण सगली उलट पई लोकाई धन बाबा नानक लगी बरसन लक्ष्मी रिद सिद्ध नौ लिद समाई जोगी देख चल तर ना मन विच रिसक कनेरी खाई भगतियां पाई भगत आन लोटा जोगी लया छपाई भगतियां गई भगत पुल लोटे अंदर सुरत पुलाई बाबा जानी जान पुरख कटिया लोटा जहां लुकाई धन बाबा नानक वेख चल तेरे जोगी खुण साई वेख चल तेरे जोगी खुण साई कोई जित नहीं सके जित नहीं सकिया जी बाबे नानक नू टाइम पूरा सुभरा जी हाजरी लायो जरा वाहगुरु 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 वाहे गुरु जी दरबार
ਲਓ ਬਾਬੇ ਦੇ ਪਿਆਰ ਚ ਸਮਾਧੀਆਂ ਲਾ ਲਓ ਜੀ ਸਾਜ ਨਰਮ ਕਰਨ ਲੱਗੇ ਹਾਂ ਤੁਹਾਡੀ ਆਵਾਜ਼ ਬਾਹਰ ਆਉਣੀ ਚਾਹੀਦੀ ਹੈ ਮਿਲ ਕੇ ਕੋਈ ਸ਼ਰਮ ਨਾ ਕਰੇ ਜੀ ਸਕਿਆ ਜੀ ਬਾਬੇ ਨਾਨਕ ਨੂੰ ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਸੰਗਤ ਬੋਲੇ ਕੋਈ ਜਿੱਤ ਨਹੀਂ ਸੰਗਤ ਸਾਜਾਂ ਤੋਂ ਬਿਨਾਂ ਬੋਲਿਓ ਜੀ ਕੋਈ ਜਿੱਤ ਨਹੀਂ ਬਾਬਾ ਕੌਣ ਹੈ
ਪ੍ਰਗਟ ਭਈ ਸਗਲੇ ਜੁਗਿਆਂ ਗੁਰ ਨਾਨਕ ਕੀ ਵਡਿਆਈ। ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ, ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ। ਆਦਿ ਪੁਰਖ ਆਦੇਸ਼ ਹੈ ਅਬਿਨਾਸੀ ਅਤੇ ਅਛਲ ਅਛੇਓ, ਜਗਤ ਗੁਰੂ ਗੁਰੂ ਨਾਨਕ ਦੇਓ, ਜਗਤ ਗੁਰੂ ਗੁਰੂ ਨਾਨਕ ਦੇਓ। ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ, ਕੋਈ ਜਿੱਤ ਨਹੀਂ ਸਕਿਆ ਜੀ ਬਾਬੇ ਨਾਨਕ ਨੂੰ। ਸਤਿ ਸ੍ਰੀ ਅਕਾਲ ਸੰਗਤ ਜੀ। ਕੋਈ ਇੱਕ ਕਿਨਕਾ ਬਸ ਵੱਜ ਜੇ, ਸੱਚਾਈ ਬੋਲੀ ਪ੍ਰਮਾਣ ਸਾਰੇ ਬਾਣੀ ਦੇ, ਉਹ ਵੱਜਣ ਤੋਂ ਬਾਅਦ ਸਤਿਕਾਰ ਸਾਰਿਆਂ ਦਾ ਕਰੋ, ਪਰ ਵਿਕ ਜਾਓ ਗੁਰੂ ਨਾਨਕ ਅੱਗੇ, ਆਖੋ ਸਤਿਨਾਮ। ਆਹ ਮੇਰਾ ਪਿਓ ਏ, ਜਿਹੜਾ ਅਖੀਰਲਾ ਪ੍ਰਮਾਣ ਦਿੱਤਾ ਬੱਚੇ ਨੇ, ਜਗਤ ਗੁਰੂ ਗੁਰੂ ਨਾਨਕ ਦਿਓ, ਇਹਦਾ ਕੀ ਅਰਥ ਹੈ? ਫਲਾਣਾ ਜੀ ਫਲਾਣਿਆਂ ਦਾ ਗੁਰੂ, ਫਲਾਣਾ ਫਲਾਣਿਆਂ ਦਾ ਗੁਰੂ, ਪਰ ਬਾਬੇ ਨਾਨਕ ਨੂੰ ਇੱਕ ਆਖਿਆ ਜਗਤ ਦਾ ਗੁਰੂ, ਆਖੋ ਸਾਧਨਾ ਜਗਤ ਗੁਰੂ ਗੁਰੂ ਨਾਨਕ ਦੇ। ਆ ਐਡੇ ਵੱਡੇ ਉਪਰਾਲਿਆਂ ਦਾ ਲਾਭ ਹੈ, ਕੁਛ ਬਸ ਵੱਜ ਜੇ ਕਿਨਕਾ ਦੀਵਾਨੇ ਹੋ ਜਾਓ, ਉਹਦੇ ਮਸਤਾਨੇ ਹੋ ਜਾਓ, ਉਹਦੇ ਅੱਗੇ ਜ਼ਿੰਦਗੀ ਵੇਚ ਦਿਓ, ਗੱਜ ਕੇ ਆਖੋ ਸਾਧਨਾ। ਅਤੇ ਆਸਾ ਰਾਗ ਵਿੱਚ 395 ਅੰਗ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਅਰਜਨ ਦੇਵ ਜੀ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ, ਆਓ ਸ਼ਬਦ ਰੂਪ ਵਿੱਚ ਪੜ੍ਹਿਓ। ਬਾਬਾ ਕੌਣ ਹੈ? ਆਸਾ ਮਹੱਲਾ ਪੰਜਵਾਂ, ਅੰਗ 395। ਗੁਰੂ ਅਰਜਨ ਦੇਵ ਜੀ ਤੁਸੀਂ ਦੱਸੋ, ਕਹਿੰਦੇ ਗੁਰੂ ਨਾਨਕ ਜਾਂ ਕੋ ਭਇਆ ਦਇਆਲਾ, ਗੁਰੂ ਨਾਨਕ ਜਾਂ ਕੋ ਭਇਆ ਦਇਆਲਾ, ਗੁਰੂ ਨਾਨਕ ਜਾਂ ਕੋ ਗੁਰੂ ਨਾਨਕ ਜਾਂ ਕੋ ਭਇਆ।
दयाला प्रथम मिटिया गुरु नानक दे बणो पहला काम की होएगा प्रथम मिटिया तन का दुख मन सगल को होआ सुख कर कृपा गुर दीनो नाओ बल बल तिस सतगुर को जाओ गुर पूरा पायो मेरे भाई रोग सोग सब दुख बिना से सतगुर की शरणाई सतगुर की शरणाई गुरु नानक जाको भया दयाला गुरु नानक सोजन हो मन चिंतत सगले फल पाए अग्न बूझी सब होई शांत कर कृपा गुर कीनी दात निथावे को गुरदीनो थान निमाने को गुर कीनो मान बंधन काट सेवक कर राखे अमृत बाणी रसना चखे वड़े भाग पूज गुर चरणा वड़े भाग पूज गुर चरणा सगल त्याग पाई प्रभ सरणा सगल त्याग पाई प्रभ सरणा गुरु नानक जाको भया दयाला दयाला
ਵਾਹਿਗੁਰੂ ਜਿਸ ਬਾਬੇ ਨਾਨਕ ਦਾ 550 ਸਾਲਾ ਮਨਾ ਰਹੇ ਹੋ ਉਹਦੀ ਦਿਆਲਤਾ ਹੈ ਕਿੰਨੀ ਵੱਡੀ ਹੈ, ਇੱਕ ਆਹ ਗੱਲ ਕਰਨੀ, ਦਿਆਲਤਾ ਕਿੰਨੀ ਵੱਡੀ ਉਹਦੀ। ਦੂਸਰੀ ਨਿੱਘੀ ਜੀ ਬੇਨਤੀ ਕਰਨੀ ਹੈ, ਅਸੀਂ ਕਹੀ ਜਾਈਏ ਦਿਆਲਤਾ ਵੱਡੀ ਵੱਡੀ, ਮਿਲਦੀ ਕਿਵੇਂ? ਆਖੋ ਸਤਨਾਮ, ਕਿਹੜਾ ਕੰਮ ਕਰੋਗੇ ਦਿਆਲਤਾ ਉੱਥੋਂ ਚੱਲ ਕੇ ਤੁਹਾਡੀ ਝੋਲੀ 'ਚ ਆ ਜਾਏ। ਆਹ ਦੋ ਸੇਵਾ ਲੈਣੀਆਂ ਥੋੜ੍ਹੇ ਮਿੰਟਾਂ 'ਚ, ਪੂਰੀ ਇਕਾਗਰਤਾ ਨਾਲ ਸੁਣਿਓ ਦਿਆਲਤਾ ਵੱਡੀ ਕਿੰਨੀ ਹੈ, ਮੈਂ ਕੀ ਦੱਸਾਂ। ਤੁਸੀਂ ਕੋਈ ਅਰਦਾਸ ਕੀਤੀ ਤਾਂ ਪੂਰੀ ਹੋ ਗਈ? ਇਹ ਦਿਆਲਤਾ ਬਾਬੇ ਦੀ ਦਿਆਲਤਾ ਐਡੀ ਵੱਡੀ ਹੈ, ਤੁਸੀਂ ਕੋਈ ਅਰਦਾਸ ਕੀਤੀ ਤੁਹਾਡੀ ਝੋਲੀ ਭਰ ਗਈ, ਇੱਥੋਂ ਤੱਕ ਨਹੀਂ। ਦਿਆਲਤਾ ਐਡੀ ਵੱਡੀ ਹੈ, ਜਦੋਂ ਦਿਆਲਤਾ 'ਚ ਆ ਜਾਵੇ ਤੁਹਾਨੂੰ ਅੱਗੋਂ ਝੋਲੀਆਂ ਭਰਨ ਵਾਲਾ ਬਣਾ ਦੇ। ਕਹਿ ਦਿਓ ਗੱਜ ਕੇ ਸਤ। 12 ਸਾਲ ਦਾ ਬੱਚਾ, 12 ਸਾਲ ਬੱਕਰੀਆਂ ਵੀ ਚਰਾਉਣੀਆਂ, ਖੇਤ ਵੀ ਸੀ ਪਿਤਾ ਜੀ ਦੇ, ਉਹ ਵੀ ਹੋਰ ਵੀ ਮੱਝਾਂ ਵੀ ਗਾਵਾਂ ਵੀ। ਉਹ ਫਿਰ ਵੇਖਣਾ ਦਰਖਤ ਦੇ ਥੱਲੇ ਤਿੰਨ ਫਕੀਰ, ਅਗਲੇ ਦਿਨ ਫਿਰ ਵੇਖਿਆ ਤਿੰਨ ਫਕੀਰ, ਅਗਲੇ ਦਿਨ ਫਿਰ ਵੇਖਿਆ। ਉਹ 12 ਸਾਲ ਦਾ ਬੱਚਾ ਮਾਤਾ ਨੂੰ ਕਹਿੰਦਾ, ਮਾਤਾ ਉਹ ਬੜੇ ਰੰਗੇ ਹੋਏ ਤਿੰਨ ਫਕੀਰ, ਦੋ ਤਿੰਨ ਦਿਨ ਤੋਂ ਵੇਖ ਰਿਹਾ, ਕੋਈ ਹਾਜ਼ਰੀ ਲਾਈਏ, ਅੱਜ ਮੈਨੂੰ ਦੋ ਪ੍ਰਸ਼ਾਦੇ ਪਕਾ ਦੇ। ਬੜੀ ਸ਼ੋਰਟ 'ਚ ਕਰ ਰਹੇ, ਮਾਤਾ ਨੇ ਪਕਾ ਦਿੱਤੇ। ਹੁਣ ਉਹ ਬੱਚੇ ਨੇ ਜਦੋਂ ਦਰਸ਼ਨ ਕੀਤੇ, ਉਹ ਤਿੰਨੇ ਫਕੀਰ ਉਹਦੇ ਬੋਲਾਂ ਵਿੱਚ, ਬਾਬਾ ਨਾਨਕ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਆਪ ਪਰਮੇਸ਼ਰ ਨੇ ਫਕੀਰ ਬਣਾਉਣ ਵਾਲੇ ਆ। ਸੁੱਚੇ ਜੇ ਪੌਣੇ ਵਿੱਚ ਪੌਣਾ, ਸਮਝਦੇ ਨਾ ਫਰੀਦਾਬਾਦ ਵਾਲੇ, ਕੱਪੜਾ ਸੁੱਚਾ ਪੌਣਾ, ਇੰਜ ਭੇਟਾ ਕੀਤੇ। ਸਾਡਾ ਬਾਬਾ ਨਾਨਕ ਪ੍ਰੇਮ ਦਾ ਭੁੱਖਾ, ਬਾਬੇ ਨੇ ਆਉਂ ਗੰਢਾਂ ਖੋਲੀਆਂ, ਦੋ ਪ੍ਰਸ਼ਾਦੇ ਵਿੱਸੇ ਬੜੇ ਪਿਆਰ ਵਾਲੇ। ਅਤੇ ਬਾਬੇ ਨਾਨਕ ਨੇ ਅੱਧਾ ਭਾਈ ਬਾਲਾ ਜੀ ਨੂੰ, ਅੱਧਾ ਭਾਈ ਮਰਦਾਨਾ ਜੀ ਨੂੰ, ਅੱਧਾ ਆਪ ਅਤੇ ਅੱਧਾ ਉਹ ਬਾਲਕ ਨੂੰ, ਤੂੰ ਵੀ ਛਕ ਲਿਆ, ਬਾਬਾ ਜੀ ਨੇ ਵੀ ਛਕ ਲਿਆ, ਭਾਈ ਬਾਲਾ ਜੀ ਨੇ ਵੀ, ਭਾਈ ਮਰਦਾਨਾ ਜੀ ਨੇ, ਉਹ ਬਾਲਕ ਨੇ ਵੀ। ਅਤੇ ਬਾਬੇ ਨਾਨਕ ਜੀ ਦੇ ਮੁੱਖ 'ਚੋਂ ਨਿਕਲਿਆ, ਬੜੇ ਪ੍ਰੇਮ ਨਾਲ ਲਿਆਇਆ, ਅਸੀਂ ਤ੍ਰਿਪਤ ਹੋ ਗਏ ਹਾਂ। ਆਖੋ ਸਤ ਸ੍ਰੀ ਵਾਹਿਗੁਰੂ, ਅਸੀਂ ਤ੍ਰਿਪਤ ਹੋ ਗਏ ਹਾਂ। ਉਹ 12 ਸਾਲ ਦੇ ਬੱਚੇ ਦੇ ਮੁੱਖ 'ਚੋਂ ਨਿਕਲਿਆ, ਬਾਬਾ ਪ੍ਰਸ਼ਾਦਾ ਛਕਣ ਨਾਲ ਭੁੱਖ ਤ੍ਰਿਪਤ ਹੁੰਦੀ, ਪੇਟ ਤ੍ਰਿਪਤ ਹੁੰਦਾ,
ਬਾਬਾ ਮਨ ਕਿਵੇਂ ਤ੍ਰਿਪਤ ਹੋਵੇ ਆਖੋ ਸਾਧਨਾ ਪ੍ਰਸ਼ਾਦੇ ਨਾਲ ਭੁੱਖ ਤ੍ਰਿਪਤ ਹੁੰਦੀ, ਪੇਟ ਤ੍ਰਿਪਤ ਹੁੰਦਾ, ਮਨ ਤ੍ਰਿਪਤ ਹੁੰਦਾ। ਮਨ ਕਿਵੇਂ ਤ੍ਰਿਪਤ? ਬਾਬਾ ਜੀ ਨੇ ਇੰਝ ਵੇਖੀ ਜਾਣ ਆ ਜੇ ਦਿਆਲਤਾ ਵਾ ਹੋ ਗਈ ਵੇਖ ਲਿਆ ਤੇ ਦੂਜਾ ਗਾ ਕੇ, ਇਹ ਤੇ ਦੂਜਾ ਗਾ ਕੇ ਬਾਬਾ ਜੀ ਨੇ ਇੰਝ ਵੇਖਿਆ ਤੇ ਇੰਨਾ ਹੀ ਮੂੰਹ ਚੁੱਕਿਆ, ਕਹਿੰਦੇ ਕਾਕਾ ਉਮਰ ਤੇ ਤੇਰੀ ਛੋਟੀ ਜਿਹੀ ਹੈ ਤੇ ਗੱਲਾਂ ਬੁੜਿਆਂ ਵਰਗੀਆਂ ਕਰਦਾ। ਆਖੋ ਸਾਧਨਾ, ਉਮਰ ਤੇਰੀ ਛੋਟੀ ਜੀ ਹੈ, ਗੱਲਾਂ ਬੁੜਿਆਂ ਵਰਗੀਆਂ ਕਰਦਾ। ਇੱਕ ਜਕਾਰਾ ਦਿਓ, ਬੱਚਾ ਕੌਣ ਬਣਿਆ, ਕੌਣ ਬਣਿਆ? ਧੰਨ ਬਾਬਾ ਬੁੱਢਾ ਸਾਹਿਬ ਜੀ। ਕੀ ਕਹੋਗੇ? ਇੱਕ ਸੌ ਪੱਚੀ ਸਾਲ ਉਮਰ ਹੋਈ ਹੈ, ਬਾਰਾਂ ਸਾਲ ਦੇ ਸੀ ਜਦੋਂ ਆਏ, 113 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਦੀ ਸਿੱਖੀ ਕਮਾਈ ਹੈ। ਇੱਕੋ ਦਿਆਲਤਾ, ਬਸ ਇੰਨਾ ਹੀ। ਉਮਰ ਛੋਟੀ, ਗੱਲਾਂ ਬੁੜਿਆਂ ਵਰਗੀ, ਬਸ ਦੇ ਤੀ ਦਾਤ। ਉਸ ਬੱਚੇ 'ਤੇ ਕਿਹੜੀ ਕਿਰਪਾ? 6 ਪਾਤਸ਼ਾਹੀਆਂ ਨੂੰ ਤਿਲਕ, 8 ਪਾਤਸ਼ਾਹੀਆਂ ਦੇ ਦਰਸ਼ਨ। ਕਹਿ ਦਿਓ ਗੱਜ ਕੇ ਸਤਨਾਮ। ਉਹ ਬੱਚਾ ਕੌਣ ਬਣਿਆ? ਬਸ ਦਿਆਲਤਾ ਹੀ ਹੋਈ ਹੈ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਧੰਨ ਬਾਬਾ ਬੁੱਢਾ ਸਾਹਿਬ ਜੀ। ਆਖੋ ਸਤਨਾਮ। ਕਿੱਥੇ ਇਹਨੂੰ ਕੀ ਕਹੋਗੇ? ਝੋਲੀ ਭਰੀ ਫਿਰ 5ਵੇਂ ਜਾਮੇ 'ਚ ਆ ਕੇ ਤੇ ਹੱਦ ਕਰਤੀ ਹੱਦ। ਗੰਗਾ ਮਾਤਾ, ਗੰਗਾ ਜੀ ਕਹਿੰਦੇ ਜੀ ਪੁੱਤਰ ਪੁੱਤਰ, ਅਤੇ ਗੁਰੂ ਅਰਜਨ ਸਾਹਿਬ ਕਹਿੰਦੇ ਬਈ ਹੁਣ ਭਰਾ ਨੇ ਕਹਿਤਾ ਔਂਤਰੀ, ਇਹਦੇ ਕਿਹੜੇ ਲਾਦ ਹੋਣੀ? ਗੁਰੂ ਅਰਜਨ ਸਾਹਿਬ ਕਹਿੰਦੇ ਵੀ ਉਹ ਵੀ ਗੁਰੂ ਰਾਮਦਾਸ ਦੇ ਪੁੱਤਰ ਨੇ ਪ੍ਰਿਥੀ ਚੰਦ ਜੀ, ਮੈਂ ਬਚਨ ਕਿਵੇਂ? ਕਹਿੰਦੇ ਜੀ ਉਹੀ ਬਚਨ ਕੰਨਾਂ ਵਿੱਚ ਤੰਗ ਕਰਦਾ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਭਰਾ ਦਾ ਬਚਨ ਮਾਣ ਦਿੱਤਾ, ਉਹ ਵੀ ਗੁਰੂ ਰਾਮਦਾਸ ਦੇ ਪੁੱਤਰ ਨੇ, ਫਿਰ ਉਹਦਾ ਬਚਨ ਮੈਂ ਨਹੀਂ। ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸ ਜਾਓ, ਇਹ ਝੋਲੀ ਉਹ ਭਰਨਗੇ। ਕਿੱਥੇ ਵੇਖੋ ਬਾਲਕ ਕਿੱਥੇ ਪਹੁੰਚਿਆ, ਕਿੱਥੇ ਪਹੁੰਚਿਆ? ਇਤਿਹਾਸ ਨਹੀਂ, ਸਾਧ ਜਨਾ, ਮਹਾਰਾਜ ਸ਼ਬਦ ਉਚਾਰਿਆ ਜਦੋਂ ਦਾਤ ਮਿਲੀ, ਸਾਧ ਜਨਾ ਹੋਏ ਕਿਰਪਾਲਾ, ਬਿਗਸੇ ਸਭ ਪਰਿਵਾਰਿਆ, ਬਿਗਸੇ ਸਾਰਾ ਪਰਿਵਾਰ ਖੁਸ਼ੀਆਂ ਵਿੱਚ ਝੋਲੀ, ਬਸ ਉਹ ਗੰਢਾ ਹੀ ਭੰਨਿਆ। ਪਹਿਲੀ ਵਾਰੀ ਥੋੜ੍ਹਾ ਜਾਣ ਦਾ ਢੰਗ, ਦੂਜੀ ਵਾਰੀ ਫਿਰ ਗੁਰੂ ਅਰਜਨ ਸਾਹਿਬ ਨੇ ਸਿਖਾਇਆ ਨਿਮਰਤਾ ਨਾਲ। ਮੈਂ ਸਿਰਫ ਅੰਸ਼ ਕਰ ਰਿਹਾ ਸਾਂਝੇ, ਗੰਢਾ ਹੀ ਭੰਨਿਆ ਅਤੇ ਮੁੱਖ 'ਚੋਂ ਵਚਨ ਕੀਤਾ। ਮਾਤਾ ਜੀ ਜਿਵੇਂ ਆਪਾਂ ਗੰਢਾ ਭੰਨਿਆ, ਧਰਤੀ 'ਤੇ ਜ਼ੁਲਮ ਕਰਨ ਵਾਲਿਆਂ ਦੇ ਉਹ ਬਾਲਕ ਸਿਰ ਭੰਨੇਗਾ, ਇਹੋ ਜਿਹਾ ਬਾਲਕ ਤੁਹਾਡੇ ਘਰ ਪੈਦਾ ਹੋਏਗਾ। ਧੰਨ ਗੁਰੂ ਹਰਗੋਬਿੰਦ ਸਾਹਿਬ। ਸਤਿ ਸ੍ਰੀ ਅਕਾਲ। ਹੁਣ ਇਹ ਗੱਲਾਂ ਮੈਨੂੰ ਨਹੀਂ ਪਤਾ ਕਰਨੀਆਂ ਚਾਹੀਦੀਆਂ ਕਿ ਨਹੀਂ, ਪਰ ਪਿਆਰ 'ਚ ਕਰ ਰਿਹਾ। ਬਾਬਾ ਬੁੱਢਾ ਸਾਹਿਬ ਜੀ ਅੱਜ ਵੀ ਝੋਲੀਆਂ ਭਰਦੇ, ਅੱਜ ਵੀ। ਇਹਨੂੰ ਕੀ ਕਹੋਗੇ? ਦਿਆਲਤਾ ਨੂੰ। ਜਿਵੇਂ ਭਾਈ ਸਾਹਿਬ ਨੇ ਅਨਾਊਂਸ ਕੀਤਾ ਨਾ ਕੱਲ੍ਹ ਚੁਪਹਿਰਾ ਹੋਣਾ, ਇਸ ਤਰ੍ਹਾਂ ਜਲੰਧਰ ਚੁਪਹਿਰੇ ਚੱਲਦੇ ਆ। ਉਹਦੇ 'ਚ 5 ਜਪਜੀ ਸਾਹਿਬ ਕਰਦੇ ਆ, 1 ਸੁਮਨੀ ਸਾਹਿਬ, ਚੌਪਈ ਸਾਹਿਬ, ਅਤੇ ਬਿਲਕੁਲ 30-40 ਭੈਣਾਂ ਮਾਤਾਵਾਂ ਦਾ ਜਥਾ, ਸਾਰੀਆਂ ਸ਼ਰਧਾ ਵਾਲੀ ਹੈ। ਨਾਂ ਮੈਂ ਲੈਣਾ ਨਹੀਂ ਉੱਚਿਤ ਸਮਝਦਾ। ਮਾਤਾ ਵਿਪਨ ਪ੍ਰੀਤ ਕੌਰ ਦੀਆਂ ਵੀ ਸੀਸਾਂ ਉਹਨਾਂ 'ਤੇ, ਸਾਰਾ ਜਥਾ ਆਪਣੀ। ਅਤੇ ਕੀਰਤਨੀ ਜਥਾ ਆ ਜਾਏ ਤਾਂ ਉਹ ਹਾਜ਼ਰੀ, ਨਹੀਂ ਤਾਂ 1 ਸੁਮਨੀ ਸਾਹਿਬ
ਹੋਰ ਕਰਦੇ ਨੇ ਸਾਰਾ ਚੁਪਹਿਰਾ ਪਾਣੀ। ਇਹ ਮੈਂ ਪਿਆਰ 'ਚ ਕਹਿ ਰਿਹਾ ਸੱਚਾਈ। ਇਹ ਪਿਛਲੇ ਦਿਨਾਂ ਵਿੱਚ ਸੱਤ ਘਰਾਂ ਵਿੱਚ ਨੂੰਹਾਂ ਦਾ ਸਮਾਂ ਬਣਿਆ ਬੱਚੇ ਦਾ, ਆਖੋ ਸੱਤ ਨਹਾਵਾਂ। ਜਲੰਧਰ 'ਚ ਸੱਤ ਘਰਾਂ ਆਏ, ਉਹ ਸੱਤਾਂ ਘਰਾਂ 'ਚ ਦੋ ਦੋ, ਇੱਕ ਇੱਕ, ਤਿੰਨ ਤਿੰਨ ਚੁਪਹਿਰੇ ਉਹ ਪਰਿਵਾਰ ਨੇ, ਕਿਉਂਕਿ ਉਹ ਖਰਚਾ ਵੀ ਨਹੀਂ ਬਹੁਤਾ ਹੋਣ ਦਿੰਦੇ ਲਿਮਿਟਡ ਵਿੱਚ, ਅਤੇ ਅਸਲੀ ਖਜ਼ਾਨਾ ਜ਼ਿਆਦਾ ਬਹਿ ਕੇ ਜਦੋਂ ਬੰਦਗੀ ਹੁੰਦੀ। ਇਹ ਪਿਆਰ 'ਚ ਕਹਿ ਰਿਹਾ, ਸਮਾਂ ਸੀ ਕਿਸੇ ਦਾ ਦੂਜਾ ਮਹੀਨਾ, ਕਿਸੇ ਦਾ ਚੌਥਾ ਨੂੰਹ ਦਾ, ਕਿਸੇ ਦਾ ਪੰਜਵਾਂ, ਕਿਸੇ ਸੱਤਵਾਂ। ਉਸ ਭਾਵਨਾ ਨਾਲ ਉਹ ਕਰਾ ਰਹੇ ਸੀ, ਅਤੇ ਜਦੋਂ ਫਿਰ ਚੁਪਹਿਰਾ ਹਾਜ਼ਰੀ ਲਾਉਣੀ, ਸੁਰਤੀ ਦੇ ਨਾਲ ਬਾਬਾ ਬੁੱਢਾ ਸਾਹਿਬ ਦਾ ਆਸਣ ਵੀ ਲਾਉਣਾ ਕਿ ਬਾਬਾ ਜੀ ਜੋ ਮੰਗਦੇ ਦੇਣਾ ਤੁਸੀਂ ਹੋਈ ਹੈ, ਗੁਰੂ ਗ੍ਰੰਥ ਸਾਹਿਬ 'ਚੋਂ ਲੈ। ਇਹ ਕੁਝ ਗੱਲਾਂ ਬੀਤਦੀਆਂ ਅਤੇ ਦਿਲ ਕਰਦਾ ਮਾੜਾ ਜਿਹਾ ਇਸ਼ਾਰਾ ਸਾਂਝਾ ਕਰਾਂ, ਖੁੱਲ੍ਹ ਕੇ ਨਹੀਂ। ਉਹ ਸੱਤ ਘਰਾਂ 'ਚ ਚੁਪਹਿਰੇ ਹੋਏ ਜੀ, ਚੌਦਾਂ ਹੋਏ ਕਿ ਇੱਕੀ ਹੋਏ, ਮਤਲਬ ਕਿਸੇ ਘਰ ਤਿੰਨ, ਕਿਸੇ ਘਰ ਦੋ, ਅਤੇ ਅਰਦਾਸਾਂ ਹੋਈਆਂ ਬਾਬਾ ਬੁੱਢਾ ਸਾਹਿਬ ਜੀ। ਬਾਬਾ ਜੀ ਦੇ ਸਿਰ 'ਤੇ ਹੱਥ ਕਿਹਦਾ? ਉਹ ਬਾਬੇ ਨਾਨਕ ਦਾ। ਗੱਲਾਂ ਤਾਂ ਬੁੜਿਆਂ ਵਰਗੀ ਦੇਤੀ ਦਾ। ਅਤੇ ਸੰਗਤ ਜੀ, ਸੱਤਾਂ ਘਰਾਂ ਵਿੱਚੋਂ ਛੇ ਘਰਾਂ ਵਿੱਚ ਕਿਰਪਾ ਬਾਬੇ ਨਾਨਕ ਦੀ, ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਦੀਆਂ ਸੀਸਾਂ, ਛੇ ਘਰਾਂ ਵਿੱਚ ਪੁੱਤਰ, ਇੱਕ ਘਰ ਵਿੱਚ ਬੇਟੀ, ਆਖੋ ਸਤਨਾਮ ਸੀ ਜੀ। ਇੱਕ ਜਗਾਰਾ ਦਿਓ ਪਿਆਰ ਦੇ ਨਾਲ। ਇਹਨੂੰ ਕੀ ਕਹੋਗੇ? ਅੱਜ ਵੀ ਵਰਤਦੇ, ਅੱਜ ਵੀ ਵਰਤਦੇ, ਅੱਜ ਵੀ ਝੋਲੀਆਂ ਭਰਦੇ। ਇਹ ਮੈਂ ਸਿਰਫ ਇਸ਼ਾਰਾ ਕਰ ਰਿਹਾ ਵੀ ਦਿਆਲਤਾ ਨੂੰ ਇਹ ਨਾ ਸਮਝੋ ਤੁਹਾਡੀ ਝੋਲੀ, ਦਿਆਲਤਾ ਬਾਬੇ ਨਾਨਕ ਦੀ ਇੰਨੀ ਵੱਡੀ ਏ, ਅੱਗੋਂ ਝੋਲੀਆਂ ਭਰਨ ਵਾਲੀ ਬਣਾ ਦਿੰਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੰਨੀ ਵੱਡੀ ਏ। ਆ ਪੜ੍ਹ ਲਾਂ ਇੱਕ ਪਿਆਰ ਨਾਲ ਜੀ। ਮੌਜ ਮੈਂ ਅਗਰ ਆ ਗਏ ਸਾਡਾ ਬਾਬਾ ਨਾਨਕ ਮੌਜ ਆ ਜਾਵੇ ਬਸ, ਮੌਜ ਮੈਂ ਅਗਰ ਆ ਗਏ ਕਤਰੇ ਸੇ ਦਰਿਆ ਕਰ ਦਿਆ, ਕਤਰੇ ਸੇ ਦਰਿਆ ਕਰ ਦਿਆ। ਉਹ ਉਮਰ ਤੇਰੀ ਛੋਟੀ, ਗੱਲਾਂ ਬੁੜਿਆਂ ਬਸ ਨਾਲ ਦੇਤੀ, ਇਹ ਤਾਂ ਗਾਹਕ ਬੜਾ ਤਗੜਾ, ਆ ਬਸ ਕਤਰੇ ਨੂੰ ਦਰਿਆ ਕਰਦਾ। ਮੌਜ ਮੈਂ ਅਗਰ ਆ ਗਏ ਕਤਰੇ ਸੇ ਦਰਿਆ ਕਰ ਦਿਆ, ਸੁਣ ਕੇ ਜਕਾਰਾ ਦੇਣਾ। ਉਹ ਨਦਰੇ ਰਹਿਮਤ ਜਿਸ ਪਰ ਪੜੀ ਬੰਦੇ ਸੇ ਖੁਦਾ ਕਰ ਦਿਆ, ਬਾਬੇ ਨਾਨਕ ਦੀ ਦਿਆਲਤਾ ਐਡੀ ਵੱਡੀ, ਐਡੀ ਵੱਡੀ ਏ ਬੰਦੇ ਨੂੰ ਖੁਦਾ ਬਣਾ ਦਿੰਦੀ। ਹੁਣ ਗੱਲਾਂ ਤੇ ਬੜੀਆਂ, ਟਾਈਮ ਨਹੀਂ। ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਐ, ਪਾਤਸ਼ਾਹੀ ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਐ, ਸਿਰ ਛੱਤ ਸੱਚਾ ਹਰ ਬਣਾਏ, ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਐ। ਦਿਆਲਤਾ ਐਡੀ ਵੱਡੀ ਏ, ਸੰਤਨ ਹੱਥ ਰਾਖੀ ਕੁੰਜੀ, ਸੰਤਨ ਹੱਥ ਰਾਖੀ ਕੁੰਜੀ, ਸੰਤਨ ਹੱਥ ਰਾਖੀ ਕੁੰਜੀ,
ਚੇਤਨ ਹੱਥ ਬੋਲੇ ਸੰਤਨ ਹੱਥ ਕੁੰਜੀ ਆ ਜਾ ਦਿਆਲਤਾ ਕੁੰਜੀਆਂ ਦੇ ਦਿੰਦੇ ਸੰਤਨ ਹੱਥ ਸੰਤਨ ਹੱਥ ਰਾਖੀ ਕੁੰਜੀ ਸੰਤਨ ਹੱਥ ਰਾਖੀ ਕੁੰਜੀ ਸੰਤਨ ਹੱਥ ਅਨਹਦ ਬਾਣੀ ਪੂੰਜੀ ਅਨਹਦ ਬਾਣੀ ਪੂੰਜੀ ਅਨਹਦ ਬਾਣੀ ਪੂੰਜੀ ਅਨਹਦ ਬਾਣੀ ਪੂੰਜੀ ਸੰਗਤ ਬੋਲੇ ਸੰਤਨ ਹੱਥ ਰਾਖੀ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ ਆ ਕੁੰਜੀ ਹੈ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ ਪ੍ਰਭ ਜੀ ਪਸੇ ਸਾਧ ਕੀ ਰਸਨਾ ਪ੍ਰਭ ਜੀ ਪਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਜੀ ਪਸੇ ਸਾਧ ਕੀ ਰਸਨਾ ਸੰਤਨ ਹੱਥ ਰਾਖੀ ਕੁੰਜੀ ਬਾਬਾ ਬੁੱਢਾ ਸਾਹਿਬ ਜੀ ਭਗਤਾਂ ਕਾ ਬੋਲਿਆ ਧੰਨ ਬਾਬਾ ਦੀਪ ਸਿੰਘ ਜੀ ਜੀ ਭਗਤਾਂ ਕਾ ਬੋਲਿਆ ਉਹ ਸੀਸ ਵੀ ਲੱਥ ਗਿਆ ਪਰ ਬੋਲਿਆ ਸੀ ਅਰਦਾਸ ਵਿੱਚ ਗੁਰੂ ਰਾਮਦਾਸ ਤੇਰੇ ਦਰ ਨੂੰ ਆਜ਼ਾਦ ਕਰਾ ਕੇ ਸ਼ਹੀਦ ਹੋਵਾਂ ਇੱਕ ਜਕਾਰਾ ਦੇ ਪਿਆਰ ਨਾਲ ਦਿਆਲਤਾ ਕਿੱਡੀ ਵੱਡੀ ਹੈ ਇਹਨੂੰ ਟਾਈਮ ਨਹੀਂ ਲਾਉਂਦੇ ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ ਗੁਰੂ ਨਾਨਕ ਸਾਹਿਬ ਨੇ ਬਾਬਾ ਜੀ ਨਾਲ ਇੰਨਾ ਪਿਆਰ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਬੜਾ ਵੱਡਾ ਬਚਨ ਦਿੱਤਾ ਤੈਥੋਂ ਓਹਲੇ ਨਾ ਹੋਸਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੈਥੋਂ ਓਹਲੇ ਨਾ ਹੋਸਾਂ ਇਹਨੂੰ ਹੁਣ ਮੈਂ ਕੀ ਦੱਸਾਂ ਕਿੰਨੀ ਜਗ੍ਹਾ ਚਾਂਸ ਨੇ ਗੁਰੂ ਅੰਗਦ ਸਾਹਿਬ ਵੇਲੇ ਗੁਰੂ ਅਮਰਦਾਸ ਜੀ ਜਿੱਥੇ ਦਰਸ਼ਨ ਅੰਮ੍ਰਿਤਸਰ ਤੋਂ ਪੌਣੇ ਘੰਟੇ ਦਾ ਰਾਹ ਗੁਰਦੁਆਰਾ ਸੰਨ ਸਾਹਿਬ ਅਤੇ ਮਹਾਰਾਜ ਸਭ ਨੇ ਬੂਹੇ ਬਾਹਰ ਲਾ ਤਾ ਲਿਖ ਕੇ ਬੂਹਾ ਨਾ ਖੋਲੇ ਸਾਰੇ ਲੱਭਣ ਗੁਰੂ ਅਮਰਦਾਸ ਜੀ ਕਿੱਥੇ ਗਏ ਫਿਰ ਸਾਰੇ ਬਾਬਾ ਜੀ ਕੋਲ ਚਲੇ ਗਏ ਜੀ ਤੁਹਾਨੂੰ ਗੁਰੂ ਨਾਨਕ ਨੇ ਕਿਹਾ ਸੀ ਤੈਥੋਂ ਓਲੇ ਨਾ ਉਸਾਂ ਤੁਹਾਨੂੰ ਪਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਬਾਬਾ ਜੀ ਨੇ ਘੋੜੀ ਨੂੰ ਮਾਣ ਦੇ ਤਾ
ਗੁਰੂ ਅਮਰਦਾਸ ਜੀ ਦੀ ਘੋੜੀ ਨੂੰ ਮਾਣ ਦਿੱਤਾ, ਕਹਿੰਦੇ ਆਪਾਂ ਘੋੜੀ ਨੂੰ ਅੱਗੇ ਤੋਰਦੇ ਹਾਂ, ਜਿੱਧਰ ਘੋੜੀ ਜਾਈ ਜਾਏਗੀ ਆਪਾਂ ਜਾਈ ਜਾਵਾਂਗੇ। ਗੱਲ ਛੋਟੀ ਕਰ ਰਿਹਾ, ਉਹ ਘੋੜੀ ਉੱਥੇ ਹੀ ਜਿੱਥੇ ਅੱਜ ਗੁਰਦੁਆਰਾ ਸਾਹਿਬ ਸਾਹਿਬ, ਜਦੋਂ ਉਹ ਉੱਥੇ ਅੰਦਰ ਮਹਾਰਾਜ ਬਾਹਰ ਬੋਰਡ ਲੱਗਾ ਸੀ ਵੀ ਜਿਹੜਾ ਬੂਹਾ ਖੋਲ੍ਹੇਗਾ ਸਾਡਾ ਸਿੱਖ ਨਹੀਂ। ਫਿਰ ਸੰਗਤ ਕਹਿੰਦੀ ਬਾਬਾ ਜੀ ਹੁਣ ਕੀ ਕਰੀਏ, ਤੁਸੀਂ ਲੈ ਤਾਂ ਆਇਓ ਟਿਕਾਣੇ ਘੋੜੀ ਦੇ ਬਹਾਨੇ ਹੀ, ਆਪਣੇ ਤਾਂ ਵਡਿਆਈ ਨਹੀਂ ਲਈ, ਆਹ ਲਿਖਿਆ। ਅਤੇ ਫਿਰ ਬਾਬਾ ਜੀ ਨੇ ਫਿਰ ਜੁਗਤੀ, ਕਿਉਂ ਉੱਥੋਂ ਹੋਲੇ ਨਹੀਂ ਗਏ। ਬਾਬਾ ਜੀ ਕਹਿੰਦੇ ਇਹੀ ਲਿਖਿਆ ਨਾ ਵੀ ਜਿਹੜਾ ਬੂਹਾ ਖੋਲ੍ਹ ਕੇ ਅੰਦਰ ਆਵੇ ਸਾਡਾ ਸਿੱਖ ਨਹੀਂ। ਆਪਾਂ ਖੋਲ੍ਹਦੇ ਨਹੀਂ ਬੂਹਾ, ਆਪਾਂ ਮਗਰੋਂ ਸੰਨ ਲਾ ਦਿੰਦੇ, ਆਖੋ ਸਤਨਾਮ। ਬਾਬਾ ਜੀ ਨੇ ਮਗਰੋਂ ਸੰਨ ਲਾਤੀ, ਸੰਨ ਲਾ ਕੇ ਅਤੇ ਸਭ ਤੋਂ ਪਹਿਲੇ ਬਾਬਾ ਬੁੱਢਾ ਸਾਹਿਬ ਅੰਦਰ ਲੰਘੇ ਅਤੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਅਤੇ ਗੁਰੂ ਅਮਰਦਾਸ ਜੀ ਕਹਿੰਦੇ ਬਾਬਾ ਜੀ ਬੋਰਡ ਨਹੀਂ ਪੜਿਆ? ਕਹਿੰਦੇ ਜੀ ਪੜਿਆ। ਫਿਰ ਕਹਿੰਦੇ ਉੱਥੋਂ ਆਏ ਨਹੀਂ ਅਸੀਂ, ਅਸੀਂ ਤਾਂ ਮਗਰੋਂ ਆ ਗਏ, ਸੰਨ ਲਾ ਗਏ, ਆਖੋ ਸਤਨਾਮ। ਅਤੇ ਫਿਰ ਗੁਰੂ ਅਮਰਦਾਸ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ, ਜਿਹੜਾ ਤੁਹਾਡੇ ਵਰਗੇ ਪਿਆਰ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸੰਨ ਲਾ ਲਏਗਾ, ਇਹ ਸੰਨ 'ਚੋਂ ਲੰਘ ਜਾਏਗਾ, ਉਹਦੀ 84 ਕੱਟੀ ਜਾਏਗੀ। ਇਹ ਸੰਨ ਸਾਹਿਬ ਗੁਰਦੁਆਰਾ ਜੀ ਬਾਸਰ ਕੇ ਸਤਿ ਸ੍ਰੀ ਅਕਾਲ। ਮਾਤਾ ਭਰਾਈ ਵੇਲੇ ਇਤਨਾ ਬੜੇ ਚਾਂਸ ਹੈ, ਇਹ ਬਾਬਾ ਨਾਨਕ ਨੇ ਵਚਨ ਦਿੱਤਾ ਸੀ ਤੈਥੋਂ ਓਲੇ ਨਾ ਉਸ, ਤੈਨੂੰ ਪਤਾ ਹੋਏਗਾ ਮੈਂ ਕਿੱਥੇ ਹਾਂ। ਗੁਰੂ ਅੰਗਦ ਸਾਹਿਬ ਦਾ ਬਚਨ ਹੈ, ਇੱਕ ਵਾਰੀ ਬਾਬਾ ਬੁੱਢਾ ਜੀ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਵੀ ਉਪਦੇਸ਼ ਦਿਓ, ਬੜਾ ਵੱਡਾ ਬਚਨ ਕੀਤਾ ਗੁਰੂ ਅੰਗਦ ਸਾਹਿਬ। ਕਹਿੰਦੇ ਤਿੰਨ ਕੋ ਕਿਉਂ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਬਾਬਾ ਜੀ ਮੈਂ ਤੁਹਾਨੂੰ ਕੀ ਉਪਦੇਸ਼ ਦਿਆਂ ਜਿਹਨੇ ਗੁਰੂ ਨਾਨਕ ਦੀਆਂ ਖੁਸ਼ੀਆਂ ਲਈਆਂ। ਗੁਰੂ ਅਮਰਦਾਸ ਜੀ ਦਾ ਬਚਨ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ, ਤੁਸੀਂ ਤਾਂ ਸਿੱਖੀ ਦੇ ਥੰਮ ਹੋ, ਥੰਮ ਇਹ ਹੁਣ ਡੇਰਾ ਸੰਤ ਭਗਤ ਸਿੰਘ ਬਣਿਆ, ਆ ਕੀ ਨੇ ਇਹ ਥੰਮ ਨੇ, ਇੱਥੇ ਬਿਲਡਿੰਗ ਖੜੀ ਅਤੇ ਐਡਾ ਵੱਡਾ ਵਚਨ ਦਿੱਤਾ ਬਾਬਾ ਬੁੱਢਾ ਜੀ, ਤੁਸੀਂ ਸਿੱਖੀ ਦੇ ਥੰਮ ਤੁਸੀਂ ਹੈਗੇ ਹੋ ਅਤੇ ਸਿੱਖੀ ਖੜੀ ਹੈ, ਕਹਿ ਦਿਓ ਗੱਜ ਕੇ ਸਤਨਾਮ। ਚੌਥੇ ਪਾਤਸ਼ਾਹ ਦਾ ਮੈਨੂੰ ਲੱਭਾ ਨਹੀਂ, ਅਤੇ ਪੰਜਵੇਂ ਪਾਤਸ਼ਾਹ ਦਾ ਵੀ ਵਚਨ ਬਾਬਾ ਬੁੱਢਾ ਸਾਹਿਬ ਜੀ ਨੂੰ, ਜਦੋਂ ਛੇਵੇਂ ਪਾਤਸ਼ਾਹ ਦੀ ਬਾਂਹ ਫੜੀ ਅਤੇ ਆਖਿਆ ਜੀ ਇਹਨਾਂ ਨੂੰ ਵਿਦਿਆ ਪੜਾਓ, ਅਤੇ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੈਂ ਤੋ ਘਾਸ ਕੋ ਰਾਖਾ, ਮੈਂ ਤਾਂ ਜੱਟ ਹਾਂ ਘਾਹ ਦੀ ਘਾਹ ਕੱਟਣ ਵਾਲਾ, ਅਤੇ ਮੈਂ ਵਿਦਿਆ ਕਿਵੇਂ। ਗੁਰੂ ਅਰਜਨ ਦੇਵ ਜੀ ਨੇ ਐਡਾ ਵੱਡਾ ਭਜਨ ਕੀਤਾ, ਕਹਿੰਦੇ ਤੈਂ ਤਾਂ ਸਕਲ ਜਗਤ ਕੋ ਰਾਖਾ, ਬਾਬਾ ਜੀ ਤੁਸੀਂ ਘਾਹ ਦੇ ਰਾਖੇ ਨਹੀਂ, ਬ੍ਰਹਮ ਗਿਆਨੀ ਹੋ, ਗੁਰੂ ਨਾਨਕ ਦੀ ਦਿਆਲਤਾ ਲਈਏ ਤੁਸੀਂ ਸਾਰੇ ਜਗਤ ਦੇ ਰਾਖੇ ਹੋ, ਜਗਾਰਾ ਬੁਲਾਓ ਪਿਆਰ ਨਾਲ, ਆਏ ਦਿਆਲਤਾ। ਇਹ ਥੋੜ੍ਹਾ ਜਿਹਾ ਸਮਾਂ ਲਾਇਆ, ਦਿਆਲਤਾ ਵੱਡੀ ਕਿੰਨੀ ਹੈ, ਇਕੱਲੀ ਝੋਲੀ ਨਹੀਂ ਭਰਦੀ, ਝੋਲੀਆਂ ਭਰਨ ਵਾਲਾ ਬਣਾ ਦਿੰਦੀ, ਕਹਿ ਦਿਓ ਗੱਜ ਕੇ ਸਤਨਾਮ। ਅਤੇ ਝੋਲਾ ਬਦਲਣ ਤੋਂ ਬਾਅਦ ਵੀ ਉਹ ਝੋਲੀਆਂ ਭਰਦੀ ਹੈ। ਇਹ ਕਿਸੇ ਨੇ ਉੱਠ ਕੇ ਜਲੰਧਰ ਦੇ ਐਡਰੈਸ ਲੈਣੇ ਹੋਣ ਮੇਰੇ ਕੋਲ ਲੈ ਸਕਦੇ, ਕਿਉਂਕਿ ਦਾਸ ਇਸ ਚੀਜ਼ ਤੱਕ ਨਹੀਂ ਜਾਣਾ ਚਾਹੁੰਦਾ ਵੀ ਉਦੋਂ ਝੋਲੀਆਂ ਭਰਦੀਆਂ ਸੀ, ਨਹੀਂ ਅੱਜ ਵੀ ਬਾਬਾ ਬੁੱਢਾ ਜੀ ਵਰਤਦੇ, ਆਖੋ ਸਤਨਾਮ, ਅੱਜ ਵੀ ਕਿਰਪਾ ਕਰਦੇ ਅੱਜ ਵੀ। ਅਤੇ ਹੁਣ ਤੁਸੀਂ 5-7 ਮਿੰਟ ਸੇਵਾ ਲੈਣਾ, ਮਿਲਦੀ ਕਿਵੇਂ ਹੈ, ਤੁਸੀਂ ਵੀ ਮੈਂ ਵੀ ਲਾਲਚੀ ਹਾਂ, ਕਿਤੇ ਘਰ 'ਚ ਦੁੱਖ ਨਹੀਂ ਮੈਨੂੰ ਦੱਸੋ, ਕਿਤੇ ਘਰ 'ਚ ਪ੍ਰੋਬਲਮਾਂ ਨਹੀਂ ਚੱਲਦੇ ਦੁੱਖ, ਇਹ ਦਿਆਲਤਾ ਮਿਲਦੀ ਕਿਵੇਂ ਹੈ। ਆਹ 7 ਕੁ ਮਿੰਟ ਸੇਵਾ ਲੈ ਕੇ ਫਿਰ ਜਿਵੇਂ ਅਗਲੀ ਸਟੇਜ, ਇੱਕ ਵਾਰੀ ਪੜ੍ਹੋ ਪਿਆਰ ਨਾਲ, ਗੁਰੂ ਨਾਨਕ ਜਾਂ ਕੋ ਭਇਆ ਦਇਆਲਾ, ਗੁਰੂ ਨਾਨਕ ਜਾਂ ਕੋ ਭਇਆ ਦਇਆਲਾ, ਸੋ ਜਨ ਹੋ ਕੋ ਭਇਆ ਦਇਆਲਾ।
ਸਾਰੇ ਗੱਜ ਕੇ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਮਹਾਂਪੁਰਖਾਂ ਦੀ ਰਸਨਾ ਤੋਂ ਤੁਸੀਂ ਸਾਰੇ ਗੁਰੂ ਜੀ ਦੀ ਦਿਆਲਤਾ ਦੇ ਬਾਬਤ ਬਚਨ ਸਰਵਣ ਕਰ ਰਹੇ ਹੋ ਕਿ ਪਿਤਾ ਜੀ ਦੀ ਦਿਆਲਤਾ ਕਿੰਨੀ ਵੱਡੀ ਹੈ, ਜਿਹਦੇ ਉੱਤੇ ਵੀ ਮੇਰਾ ਸਹਿਬ ਦਿਆਲੂ ਹੋ ਜੇ, ਕੇਵਲ ਉਹਦੀਆਂ ਝੋਲੀਆਂ ਨਹੀਂ ਮੇਰਾ ਬਾਬਾ ਭਰਦਾ, ਉਹਨੂੰ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦਾ। ਧੰਨ ਬਾਬਾ ਦੀਪ ਸਿੰਘ ਜੀ, ਕਹਿ ਦਿਓ ਧੰਨ ਧੰਨ ਬਾਬਾ, ਝੋਲੀਆਂ ਭਰਨ ਵਾਲਾ ਬਣਾਇਆ ਦੀਪ ਸਿੰਘ ਜੀ, ਜਿਹਦੇ ਉੱਤੇ ਤੁਹਾਡੀ ਖੁਸ਼ੀ ਉਹਦੇ ਉੱਤੇ ਮੇਰੀ ਖੁਸ਼ੀ, ਜਿਹਦੇ ਵੱਲ ਪਿਆਰ ਦੀ ਨਿਗਾਹ ਤੁਸੀਂ ਪਾਓਗੇ ਉਹਦੇ ਉੱਤੇ ਮੇਰੀ ਨਜ਼ਰ, ਤੇ ਜਿਹਦੇ ਵੱਲੋਂ ਅੱਖਾਂ ਤੁਸੀਂ ਫੇਰ ਲਓਗੇ ਨਾ, ਦੁਨੀਆਂ ਦੀ ਕੋਈ ਤਾਕਤ ਨਹੀਂ ਉੱਥੇ ਕੋਈ ਮੇਰੀ ਨਜ਼ਰ ਪਵਾ ਜਾਵੇ। ਐਡੀਆਂ ਬਖਸ਼ਿਸ਼ਾਂ ਝੋਲੀਆਂ ਭਰਨ ਵਾਲਾ ਬਣਾਇਆ। ਮਹਾਂਪੁਰਖ ਬੋਲ ਰਹੇ ਸੀ ਤੇ ਮੇਰੇ ਸਾਹਮਣੇ ਇੱਕ ਬੜਾ ਪਿਆਰਾ ਨਜ਼ਾਰਾ ਬਣ ਰਿਹਾ ਸੀ, ਕੇਵਲ ਦੋ ਤਿੰਨ ਮਿੰਟ, ਉਸ ਤੋਂ ਬਾਅਦ ਦਿਆਲਤਾ ਮਿਲਦੀ ਕਿਵੇਂ ਉਹ ਤੁਸੀਂ ਸੁਣਨਾ। ਇੱਕ ਵਾਰੀ ਬੋਲੋ ਵਾਹਿਗੁਰੂ, ਨਹੀਂ ਇੱਦਾਂ ਰਸ ਨਹੀਂ ਜੀ ਆਉਂਦਾ, ਗੱਜ ਕੇ ਬੋਲੋ। ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ, ਹਰਿਮੰਦਰ ਸਾਹਿਬ ਤੋਂ ਥੋੜ੍ਹੇ ਜਿਹੇ ਮਿੰਟਾਂ ਦੀ ਦੂਰੀ 'ਤੇ ਇੱਕ ਬੜਾ ਪਿਆਰਾ ਅਸਥਾਨ ਬਣਿਆ ਟੋਬਾ ਭਾਈ ਸ਼ਾਲੋ ਜੀ ਦਾ। ਵੇਖੋ ਗੁਰੂ ਜੀ ਦੇ ਉੱਤੇ ਦਿਆਲੂ ਹੋ ਜੇ। ਕਈ ਪਿਆਰ ਵਾਲੇ ਇਤਿਹਾਸਕਾਰਾਂ ਨੇ ਇਹ ਜ਼ਿਕਰ ਕੀਤਾ, ਕਿਤੇ ਇਹ ਲਿਖਿਆ ਭਾਈ ਸ਼ਾਲੋ ਜੀ ਤਿਲਕ ਕੇ ਗਿਰ ਗਏ ਸੀ, ਤੇ ਕਿਤੇ ਲਿਖਿਆ ਭਾਈ ਸ਼ਾਲੋ ਜੀ ਨੂੰ ਤਾਪ ਚੜ੍ਹਿਆ ਸੀ। ਅਸੀਂ ਦੋਵਾਂ ਹਾਲਾਤਾਂ ਵਿੱਚ ਇਦਾਂ ਕਹਿ ਦਈਏ ਸਿਹਤ ਵੱਲ ਨਹੀਂ ਸੀ ਭਾਈ ਸ਼ਾਲੋ ਜੀ ਦੀ, ਤੇ ਮੇਰੇ ਦੀਨ ਦੁਨੀਆਂ ਦੇ ਮਾਲਕ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ, ਜੋਤ ਤੇ ਉਹ ਹੀ ਹੈ ਨਾ, ਰੂਪ ਹੀ ਬਦਲੇ ਨੇ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਆਪ ਪੈਦਲ ਚੱਲ ਕੇ ਗਏ ਨੇ ਭਾਈ ਸ਼ਾਲੋ ਜੀ ਦੇ ਘਰ ਉਹਨਾਂ ਦਾ ਪਤਾ ਲੈਣ ਵਾਸਤੇ। ਵੇਖੋ ਕਿਤੇ ਤੇ ਸਿੱਖ ਜਾਂਦਾ, ਕਿੱਥੇ ਆਪ ਗੁਰਦੇਵ ਪਿਤਾ ਜਾ ਰਹੇ ਨੇ। ਭਾਈ ਸ਼ਾਲੋ ਜੀ ਦੇ ਘਰ ਗਏ, ਅਜੇ ਪਹੁੰਚੇ ਨੇ, ਭਾਈ ਸ਼ਾਲੋ ਜੀ ਦੇ ਘਰ ਐਂਟਰੀ ਕਰਨ ਲੱਗੇ, ਉਹਨਾਂ ਨੂੰ ਪਤਾ ਲੱਗ ਗਿਆ ਸਾਹਿਬ ਆ ਰਹੇ ਨੇ, ਸਤਿਕਾਰ ਵਿੱਚ ਬਾਹਰ ਗੇਟ ਤੇ ਖੜ ਕੇ ਮਹਾਰਾਜ ਜੀਆਂ ਨੂੰ ਲੈਣ ਵਾਸਤੇ ਬੜੇ ਸਤਿਕਾਰ ਨਾਲ ਜੀਆਂ ਆ ਕਹਿ ਕੇ ਅੰਦਰ ਚਰਨ ਪਵਾਏ, ਤੇ ਜਦੋਂ ਚਰਨ ਪਵਾਏ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਬੜੇ ਪਿਆਰੇ ਆਸਣ ਤੇ ਬਿਠਾਇਆ ਤੇ ਆਪ ਖੜ ਗਏ। ਹੁਣ ਗੱਲ ਸੁਣਨ ਵਾਲੀ ਜੇ, ਹੁਣ ਪਿਤਾ ਜੀ ਨੇ ਪਤਾ ਨਹੀਂ ਚੈੱਕ ਕਰਨਾ ਸੀ ਕੀ ਮੌਜ ਸੀ, ਅੱਜ ਝੋਲੀਆਂ ਭਰਨੀਆਂ ਨੇ ਨਾ, ਝੋਲੀਆਂ ਭਰਨ ਵਾਲਾ ਬਣਾਉਣਾ, ਦਿਆਲਤਾ ਦੇਣੀ ਹੈ, ਤੇ ਧੰਨ ਗੁਰੂ ਅਰਜਨ ਦੇਵ ਜੀ ਦੀ ਮੌਜ ਆਸਣ ਦੇ ਉੱਤੇ ਬੈਠੇ ਤੇ ਪਿਤਾ ਜੀ ਦੀ ਸਮਾਧੀ ਲੱਗੇ। ਕੁਝ ਸਮੇਂ ਬਾਅਦ ਜਦੋਂ ਨੇਤਰ ਖੁੱਲੇ ਤੇ ਕਿਆ ਤੱਕਦੇ ਨੇ,
ਭਾਈ ਸ਼ਾਲੋ ਜੀ ਉਸੇ ਤਰ੍ਹਾਂ ਹੱਥ ਜੋੜ ਕੇ ਖੜੋਤੇ ਨੇ ਸੇਵਾ 'ਚ ਤੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਕਹਿੰਦੇ ਭਾਈ ਸਾਹਿਬ ਅਸੀਂ ਤੁਹਾਡਾ ਪਤਾ ਲੈਣ ਤੁਹਾਡੇ ਘਰ ਆਏ ਹਾਂ ਤੁਹਾਡੀ ਸਿਹਤ ਵੀ ਵੱਲ ਨਹੀਂ ਅਸੀਂ ਬੈਠੇ ਹਾਂ ਤੁਸੀਂ ਖੜੇ ਹੋ ਇਹ ਗੱਲ ਚੰਗੀ ਨਹੀਂ ਲੱਗਦੀ ਤੇ ਉਸ ਵੇਲੇ ਭਾਈ ਸ਼ਾਲੋ ਜੀ ਨੇ ਹੱਥ ਜੋੜੇ ਤੇ ਮੁੱਖੋਂ ਪਤਾ ਕੀ ਆਖਿਆ ਕਹਿਣ ਲੱਗੇ ਸਤਿਗੁਰੂ ਜਦੋਂ ਮਾਲਕ ਘਰ ਦੇ ਵਿੱਚ ਆਇਆ ਹੋਵੇ ਤੇ ਸੇਵਾਦਾਰ ਸੇਵਾ 'ਚ ਖੜਾ ਹੀ ਸੋਭਦਾ ਹੈ ਕਹਿੰਦੇ ਵਾਹਿਗੁਰੂ ਮਾਲਕ ਘਰ 'ਚ ਆਇਆ ਹੋਵੇ ਸੇਵਾਦਾਰ ਖੜੋਤਾ ਹੀ ਸੋਭਦਾ ਬੈਠਾ ਨਹੀਂ ਸੋਭਦਾ ਬੈਠਾ ਨਹੀਂ ਸੋਭਦਾ ਇੱਥੇ ਮੇਰੀ ਇੱਕ ਬੇਨਤੀ ਜੇ ਘਰਾਂ 'ਚ ਤੁਸੀਂ ਅਖੰਡ ਪਾਠ ਸਾਹਿਬ ਕਰਾਉਂਦੇ ਹੋ ਜੀ ਸਦਕੇ ਕਰਾਓ ਰੱਜ ਰੱਜ ਕੇ ਕਰਾਓ ਪਰ ਉਹਨਾਂ ਦਿਨਾਂ ਵਿੱਚ ਪਾਠ ਕਰਵਾਇਆ ਕਰੋ ਜਿਨ੍ਹਾਂ ਦਿਨਾਂ ਵਿੱਚ ਤੁਹਾਨੂੰ ਪੂਰੀ ਵਿਹਲ ਹੋਵੇ ਇਹ ਨਹੀਂ ਸਤਿਗੁਰੂ ਘਰ ਆ ਗਏ ਤੁਸੀਂ ਕਦੀ ਕਿਸੇ ਨੂੰ ਸੁਣਿਆ ਦੇਣ ਚਲੇ ਗਏ ਕਦੀ ਕਿਸੇ ਨੂੰ ਨਹੀਂ ਸਾਹਿਬ ਘਰ ਆਇਆ ਮਾਲਕ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਇਹ ਨਹੀਂ ਕਿ ਸੁਣਿਆ ਦੇਣੇ ਨਹੀਂ ਇੱਕ ਦਿਨ ਪਹਿਲਾਂ ਸਾਰੇ ਕੰਮ ਖਤਮ ਕਰ ਲਓ ਇੱਕ ਦਿਨ ਪਹਿਲਾਂ ਹੀ ਹੁਣ ਪਤਾ ਹੈ ਪਿਤਾ ਜੀ ਮੇਰੇ ਘਰ ਆਏ ਨੇ ਤਿੰਨ ਦਿਨ ਸਤਿਗੁਰਾਂ ਨੇ ਮੇਰੇ ਘਰ ਬਿਰਾਜਮਾਨ ਰਹਿਣਾ ਤੇ ਜਿੰਨਾ ਵੀ ਹੋ ਸਕੇ ਮੈਂ ਵੱਧ ਤੋਂ ਵੱਧ ਬਾਣੀ ਨੂੰ ਸਰਵਣ ਕਰਕੇ ਗੁਰੂ ਜੀ ਨੂੰ ਚੌਰ ਸਾਹਿਬ ਕਰਕੇ ਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰਾਂ ਇਹ ਨਹੀਂ ਮਾਲਕ ਜੀ ਆ ਗਏ ਤੂੰ ਗੁਆਂਢੀਆਂ ਦਾ ਬੂਹਾ ਖੜਕਾਵੇਂ ਕਦੀ ਕਿਸੇ ਨੂੰ ਮੋਬਾਈਲ ਕਰੇ ਬਈ ਪਰਸੋਂ ਭੋਗ ਨੇ ਆਇਓ ਜ਼ਰੂਰ ਨਹੀਂ ਜਦੋਂ ਸਾਹਿਬ ਘਰ 'ਚ ਆਇਆ ਤੇ ਸੇਵਾ ਵਿੱਚ ਖੜਾ ਹੀ ਸਿੱਖ ਸੋਭਦਾ ਬਾਬਾ ਨੰਦ ਸਿੰਘ ਜੀ ਤੇ ਇੱਥੋਂ ਤੱਕ ਬਚਨ ਕਰਦੇ ਸੀ ਕਹਿੰਦੇ ਪਿਆਰਿਆ ਤੂੰ ਕਹਿੰਦਾ ਅਖੰਡ ਪਾਠ ਸਾਹਿਬ ਕਰਾਇਆ ਤੇਰੀ ਝੋਲੀ ਨਹੀਂ ਭਰੀ ਨਾ ਭਈ ਨਾ 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 ਤੂੰ ਅਖੰਡ ਪਾਠ ਸਾਹਿਬ ਕਰਾਇਆ ਤੇਰੀ ਝੋਲੀ ਨਹੀਂ ਭਰੀ ਇਹਦਾ ਮਤਲਬ ਤੇਰੇ ਕਰਾਉਣ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਗਈ ਹੈ ਕੋਈ ਅਖੰਡ ਪਾਠ ਕਰਾਵੇਂ ਤੇਰੀ ਝੋਲੀ ਨਾ ਭਰੇ ਇਹ ਖੋ ਹੀ ਨਹੀਂ ਸਕਦਾ ਤੂੰ ਤੇ ਅਖੰਡ ਪਾਠ ਕਰਾਇਆ ਵੀ ਇੱਕ ਕਮਰੇ 'ਚ ਪਾਠੀ ਸਿੰਘ ਪਾਠ ਕਰਦੇ ਦੂਜੇ ਕਮਰੇ 'ਚ ਤੂੰ ਟੀਵੀ ਦੇ ਉੱਤੇ ਰੰਗ ਤਮਾਸ਼ੇ ਵੇਖ ਰਿਹਾ ਕਿੱਥੋਂ ਭਰੇਗੀ ਤੇਰੀ ਝੋਲੀ ਇੱਕ ਪਾਸੇ ਅਖੰਡ ਪਾਠ ਸਾਹਿਬ ਖੋ ਰਿਹਾ ਦੂਜੇ ਪਾਸੇ ਇੱਕ ਕਮਰੇ ਦੇ ਵਿੱਚ ਤੂੰ ਨਿੰਦਿਆ ਚੁਗਲੀ ਕਰ ਰਿਹਾ ਕਦੀ ਕਿਸੇ ਦਾ ਬੁਰਾ ਕਦੀ ਕਿਸੇ ਦਾ ਕਿੱਥੋਂ ਭਰੇਗੀ ਝੋਲੀ ਤੂੰ ਪਿਆਰ ਨਾਲ ਅਖੰਡ ਪਾਠ ਸਾਹਿਬ ਕਰਾ ਬਾਪੂ ਜੀ ਦੇ ਘਰ ਵਿੱਚ ਚਰਨ ਪੈ ਗਏ ਮਾਲਕ ਜੀ ਦੀ ਸੇਵਾ ਵਿੱਚ ਹਾਜ਼ਰ ਖੋ ਇੱਕ ਇੱਕ ਪਰਿਵਾਰਕ ਮੈਂਬਰ ਦੀ ਡਿਊਟੀ ਲਾ ਇੱਕ ਘੰਟਾ ਬਾਣੀ ਤੂੰ ਸੁਣਨੀ ਇੱਕ ਘੰਟਾ ਬਾਣੀ ਤੂੰ ਸੁਣਨੀ ਇੱਕ ਘੰਟਾ ਸਤਿਗੁਰਾਂ ਨੂੰ ਚੌਰ ਸਾਹਿਬ ਤੂੰ ਕਰਨਾ ਇੱਕ ਘੰਟਾ ਤੂੰ ਕਰਨਾ ਰੱਜ ਰੱਜ ਕੇ ਪਾਠੀ ਸਿੰਘਾਂ ਦੀ ਵੀ ਸੇਵਾ ਖੋਵੇ ਸ਼ਰਧਾ ਭਾਵਨਾ ਨਾਲ ਇਹੋ ਜਿਹਾ ਕਰਾਇਆ ਅਖੰਡ ਪਾਠ ਤੇਰੀਆਂ ਝੋਲੀਆਂ ਭਰ ਕੇ ਨਹੀਂ ਜਾਏਗਾ ਉਹ ਪਿਆਰਿਆ ਤੈਨੂੰ ਵੀ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਵੇਗਾ ਮਾਲਕ ਘਰ ਵਿੱਚ ਆਵੇ ਮਾਲਕ ਦੀ ਸੇਵਾ ਵਿੱਚ ਸਿੱਖ ਖੜਾ ਸੋਭਦਾ ਹੁਣ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਅਸੀਂ ਤੇ ਤੁਹਾਡਾ ਪਤਾ ਲੈਣਾ ਮੈਂ ਗੱਲ ਬਿਲਕੁਲ ਸੰਖੇਪ 'ਚ ਕਰਨੇ ਆ ਮਹਾਰਾਜ ਤੁਸੀਂ ਘਰ ਆਏ ਹੋਵੋ ਭਾਈ ਸ਼ਾਲੋ ਜੀ ਕਹਿੰਦੇ ਤੇ ਮਹਾਰਾਜ ਜੀ ਮੈਂ ਬਹਿ ਜਾਵਾਂ ਇਹ ਗੱਲ ਚੰਗੀ ਨਹੀਂ ਲੱਗਦੀ ਹੁਣ ਆ ਗਏ ਦਿਆਲਤਾ ਵਿੱਚ ਕਹਿਣ ਲੱਗੇ ਸ਼ਾਲੋ ਜੀ ਤੁਹਾਡੇ ਅੰਦਰ ਇੰਨਾ ਪ੍ਰੇਮ ਗੁਰੂ ਨਾਨਕ ਦੇ ਘਰ ਪ੍ਰਤੀ ਇੰਨੀ ਸ਼ਰਧਾ ਹੁਣ ਮੌਜ ਵਿੱਚ ਆਏ ਤੇ ਮੌਜ ਵਿੱਚ ਆ ਕੇ ਪਤਾ ਕੀ ਕਹਿੰਦੇ ਕਹਿੰਦੇ ਸ਼ਾਲੋ ਜੀ ਤੁਹਾਡੇ ਨਾਮ ਦਾ ਸਰੋਵਰ ਬਣਵਾ ਦੇਈਏ ਤੇ ਫਿਰ ਨਿਮਾਣੇ ਬਣ ਕੇ ਹੱਥ ਜੋੜੇ ਸਤਿਗੁਰੂ ਸਰੋਵਰ ਤੇ ਗੁਰੂ ਜੀਆਂ ਦੇ ਆਪ ਜੀਆਂ ਦੇ ਹੀ ਸੋਭਦੇ ਨੇ ਤੇ ਉਸ ਵੇਲੇ ਮਾਲਕ ਜੀ ਨੇ ਦਿਆਲਤਾ ਵਿੱਚ ਆ ਕੇ ਮੌਜ ਵਿੱਚ ਆ ਕੇ ਕਿੰਨਾ ਝੋਲੀਆਂ ਭਰੀਆਂ ਕਹਿੰਦੇ ਅੱਛਾ ਸ਼ਾਲੋ ਜੇ ਤੂੰ ਸਰੋਵਰ ਬਣਾਉਣ ਤੇ ਨਹੀਂ ਮੰਨਦਾ ਇੱਥੇ ਬਚਨ ਕਰਦੇ ਆ ਤੇਰੇ ਨਾਮ ਦਾ ਟੋਭਾ ਬਣਾਵਾਂਗੇ ਜਿੰਨੀਆਂ ਬਖਸ਼ਿਸ਼ਾਂ ਗੁਰੂ ਰਾਮਦਾਸ ਦੇ ਸਰੋਵਰ 'ਚ ਨੇ ਤੇਰੇ ਟੋਭੇ 'ਚ ਹੋਣਗੀਆਂ ਤੇਰੇ ਟੋਭੇ ਵਿੱਚ ਇਸ਼ਨਾਨ ਕਰਨ ਵਾਲਿਆਂ ਨੂੰ ਦੁੱਧ ਵਾਲਿਆਂ ਨੂੰ ਦੁੱਧ ਮਿਲੇਗਾ ਪੁੱਤ ਵਾਲਿਆਂ ਨੂੰ ਪੁੱਤ ਮਿਲੇਗਾ ਜਿਹੜੇ ਗਰੀਬੀ ਨੇ ਉਹਨਾਂ ਦੀ ਗਰੀਬੀ ਕੱਟੀ ਜਾਏਗੀ ਜਿਹੜਾ ਜਿਹੜੀ ਜਿਹੜੀ ਭਾਵਨਾ ਨਾਲ ਲਾ ਕੇ ਇਸ਼ਨਾਨ ਕਰੇਗਾ ਉਹਦੀਆਂ ਝੋਲੀਆਂ ਭਰਨਗੀਆਂ ਕਿੰਨੀ ਵੱਡੀ ਹੈ ਗੁਰੂ ਜੀ ਦੀ ਦਿਆਲਤਾ ਅੱਜ ਵੀ ਤੁਸੀਂ ਜਾਓ ਭਾਈ ਸ਼ਾਲੋ ਜੀ ਦੇ ਅਸਥਾਨ ਦੇ ਦਰਸ਼ਨ ਕਰੋ ਭਾਈ ਸ਼ਾਲੋ ਜੀ ਦੀਆਂ ਝੋਲੀਆਂ ਨਹੀਂ ਭਰੀਆਂ ਗੁਰੂ ਜੀ ਨੇ ਦਿਆਲਤਾ ਦਾ ਇਹੋ ਜਿਹਾ ਬੂਹਾ ਖੋਲਿਆ ਉਹਨਾਂ ਨੂੰ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਤਾ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਤੁਸੀਂ ਸੁਣ ਰਹੇ ਹੋ ਖੰਡੇ ਵਾਲੇ ਬਾਬੇ ਦੀ ਵਡਿਆਈ ਕਿਸੇ ਕੋਲੋਂ ਲੁਕੀ ਦੇਣੀ ਨਾ ਤੁਹਾਡੇ ਦਿਲਾਂ ਦੇ ਉੱਤੇ ਰਾਜ ਕਰਦਾ ਉਹ ਬਾਬਾ ਹਰ ਨੌਜਵਾਨ ਬੱਚਾ ਬਜ਼ੁਰਗ ਹਰ ਕੋਈ ਕਹਿੰਦਾ ਬਾਬਾ ਦੀਪ ਸਿੰਘ ਮੇਰੇ ਦਿਲਾਂ ਦੀਆਂ ਧੜਕਣਾਂ ਨੇ ਉਹਨਾਂ ਤੋਂ ਬਿਨਾਂ ਸਾਹ ਹੀ ਨਹੀਂ ਨਿਕਲਦਾ ਤੇ ਬਾਬਾ ਦੀਪ ਸਿੰਘ ਦੀਆਂ ਝੋਲੀਆਂ ਥੋੜੀ ਭਰੀਆਂ ਉਹ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਇਆ ਕਹਿੰਦੇ ਵਾਹਿਗੁਰੂ
ਤੇ ਬਣਾਵੇ ਵੀ ਕਿਉਂ ਨਾ, ਕਿਉਂਕਿ ਗੁਰੂ ਰਾਮਦਾਸ ਨਾਲ ਇਸ਼ਕ ਹੀ ਇਹੋ ਜਿਹਾ ਕੀਤਾ। ਗੁਰੂ ਰਾਮਦਾਸ ਦੇ ਦਰ ਦੇ ਉੱਤੇ ਜਾ ਕੇ ਕੋਈ ਕੜਾ ਪ੍ਰਸ਼ਾਦੀ ਦੇਗ ਭੇਟਾ ਚੜਾਉਂਦਾ, ਕੋਈ ਮਾਇਆ ਭੇਟਾ ਚੜਾਉਂਦਾ, ਕੋਈ ਰੁਮਾਲੇ ਭੇਟਾ ਚੜਾਉਂਦਾ, ਪਰ ਬਾਬਾ ਦੀਪ ਸਿੰਘ ਉਹ ਜਿਨ੍ਹਾਂ ਨੇ ਆਪਣਾ ਸੀਸ ਹੀ ਭੇਟਾ ਚੜਾ ਦਿੱਤਾ। ਜਿੰਨੀ ਸੰਗਤ ਇੱਥੇ ਬੈਠੀ ਹੋ, ਅੱਜ ਦੇ ਇਹ ਪ੍ਰਕਰਨ ਨੂੰ ਜੋ ਮਹਾਂਪੁਰਖਾਂ ਨੇ ਆਰੰਭ ਕੀਤਾ, ਇਹਨੂੰ ਸਮਝਣ ਦਾ ਯਤਨ ਕਰਿਓ ਭਾਈ, ਯਤਨ ਕਰਿਓ। ਗੁਰੂ ਜੀ ਦੇ ਅੰਦਰੋਂ ਬਣ ਜਾਓ, ਜਿਹਦੀ ਦਿਆਲਤਾ ਏਡੀ ਵੱਡੀ ਉਹ ਆਪ ਕਿੱਡਾ ਵੱਡਾ ਹੋਏਗਾ। ਕਹਦੇ ਵਾਹਿਗੁਰੂ, ਜਿਹਦੇ ਵੱਲ ਇੱਕ ਅੱਖ ਭਰ ਕੇ ਵੇਖ ਦੇਵੇ ਸੱਜਣ ਠੱਗ ਤੋਂ ਸੰਤ ਬਣਾ ਸਕਦਾ ਦਿਆਲਤਾ ਦੇ ਕਰਕੇ, ਹੈਂਜੀ, ਕੌੜੇ ਰੀਠੀਆਂ ਨੂੰ ਮਿੱਠਾ ਕਰ ਸਕਦਾ, ਭੂਮੀਏ ਚੋਰ ਨੂੰ ਚੋਰੀਆਂ ਛਡਵਾ ਕੇ ਲੋਕਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਸਕਦਾ। ਉਹ ਜਦੋਂ ਅਸੀਂ ਸ਼ਰਧਾ ਬਣਾਵਾਂਗੇ ਸਾਡੇ 'ਤੇ ਕਿਰਪਾ ਕਿਉਂ ਨਾ ਕਰੂਗਾ। ਇਹ ਜਿੰਨੀ ਸੰਗਤ ਇੱਥੇ ਬੈਠੀ ਹੋ, ਸ਼ਰਧਾ ਭਾਵਨਾ ਪ੍ਰਤੀਤ ਆਪਣਾ ਵਿਸ਼ਵਾਸ ਆਪਣੇ ਬਾਬੇ ਦੇ ਉੱਤੇ ਪੱਕਾ ਬਣਾਇਓ। ਕੋਈ ਸੋਨੇ ਦਾ ਵੀ ਸਾਡੇ ਸਾਹਮਣੇ ਬਣ ਕੇ ਆ ਜਾਏ ਨਾ, ਉਹਨੂੰ ਦੂਰੋਂ ਮੱਥਾ ਟੇਕ ਦਿਓ, ਬਈ ਚੰਗਾ ਹੋਏਗਾ। ਮੈਂ ਕੋਈ ਨਰਾਦਰੀ ਨਹੀਂ ਕਰਦਾ, ਚੰਗਾ ਹੋਏਗਾ, ਆਪਣੇ ਘਰ ਰਾਜੀ ਰਹੋ, ਪਰ ਮੇਰੇ ਲਈ ਵੱਡਾ ਤੇ ਮੇਰਾ ਬਾਬਾ ਨਾਨਕ, ਹੋਰ ਦੂਜਾ ਕੋਈ ਨਹੀਂ। ਕਹਿ ਦਿਓ ਵਾਹਿਗੁਰੂ, ਕਹਿ ਦਿਓ ਧੰਨ ਗੁਰੂ ਨਾਨਕ। ਕੱਲ ਵੀ ਮੈਂ ਅਰਜ਼ ਕੀਤੀ ਸੀ, ਪਿਆਰਿਓ, ਜੋ ਮਰਜ਼ੀ ਸਿਸਟਮ ਬਣ ਜੇ ਘਰ ਦਾ, ਕਦੀ ਜੋਤਸ਼ੀਆਂ ਕੋਲ ਨਹੀਂ ਜਾਣਾ, ਕਦੀ ਹੋਰ ਦੂਜੇ ਪਾਸੇ ਨਹੀਂ ਜਾਣਾ। ਔਰ ਗੱਲ ਇਹ ਗੱਲ ਮੈਂ ਤੁਹਾਨੂੰ ਬੇਨਤੀ ਕੀਤੀ ਸੀ, ਤੁਹਾਨੂੰ ਯਾਦ ਹੋਏਗਾ, ਜੋਤਸ਼ੀਆਂ ਕੋਲ ਜਾਂਦੇ ਹੋ, ਕਈ ਜਾਂਦੇ ਹੋਣਗੇ, ਤਾਂ ਹੀ ਬਾਪੂ ਜੀ ਮੂੰਹ ਕਢਵਾਉਂਦੇ ਆ ਨਾ, ਇੱਥੇ ਬਹਿ ਕੇ ਤੇ ਉਹਦੀ ਚੜਦੀ ਹੈ। ਕਹਿੰਦੇ ਵਾਹਿਗੁਰੂ, ਜਿਹੜੇ ਜਾਣ ਵਾਲੇ ਨੇ ਅੱਜ ਤੋਂ ਸੰਕੋਚ ਕਰਿਓ, ਉਹ ਜੋਤਸ਼ੀ ਪਿਆਰਿਓ ਬੰਦਿਆਂ ਦੇ ਹੱਥ ਵੇਖਦੇ ਨੇ, ਬਾਂਦਰਾਂ ਦੇ ਹੱਥਾਂ ਦੀ ਸ਼ਕਲ ਵੀ ਤਾਂ ਸਾਡੇ ਵਰਗੀ ਹੈ ਨਾ, ਹੱਥ ਤੇ ਸਾਡੇ ਵਰਗੇ ਨੇ, ਲਕੀਰਾਂ ਸਾਡੇ ਵਰਗੀਆਂ ਹੀ ਨੇ ਨਾ, ਉਹਨਾਂ ਦੇ ਕਿਉਂ ਨਹੀਂ ਵੇਖਦੇ? ਉਹਨਾਂ ਦੇ ਇਸ ਵਾਸਤੇ ਨਹੀਂ ਵੇਖਦੇ ਕਿਉਂਕਿ ਉਹਨਾਂ ਦੇ ਪਿਆਰਿਓ ਜੇਬ ਨਹੀਂ ਲੱਗੀ ਹੁੰਦੀ। ਕਹਿੰਦੇ ਵਾਹਿਗੁਰੂ, ਤੁਹਾਡੇ ਜੇਬਾਂ ਲੱਗੀਆਂ ਨੇ, ਤੁਹਾਨੂੰ ਲੁੱਟਣ ਦੇ ਮਾਇਆ ਤੁਹਾਡੇ ਕੋਲੋਂ ਹੜੱਪਣ ਦੇ ਸਾਰੇ ਤਰੀਕੇ ਬਣਾਏ ਨੇ, ਭਾਵੇਂ ਵਸਤੂ ਸ਼ਸਤਰ ਹੈ, ਭਾਵੇਂ ਇਹ ਜੋਤਸ਼ੀ ਨੇ, ਭਾਵੇਂ ਪਿਆਰਿਓ ਕੋਈ ਵੀ ਸਿਸਟਮ ਹੈ। ਅੱਜ ਆਪਣਾ ਮਨ ਪੱਕਾ ਗੁਰੂ ਦੇ ਅੱਗੇ ਵੇਚ ਕੇ ਜਾਇਓ, ਬਾਬਾ ਜੋ ਮਰਜ਼ੀ ਮੇਰੇ ਘਰ ਦਾ ਸਿਸਟਮ ਬਣੇ, ਕਦੀ ਮੇਰਾ ਇਮਤਿਹਾਨ ਨਾ ਲਵੀਂ, ਬਖਸ਼ਿਸ਼ ਦਾ ਖਾਤਾ ਮੇਰੇ ਉੱਤੇ ਖੋਲ੍ਹ ਕੇ ਰੱਖੀ, ਇਹ ਸਿਰ ਝੁਕੇ ਤੇ ਕੇਵਲ ਗੁਰੂ ਸਮਝ ਕੇ ਤੇਰੇ ਅੱਗੇ ਝੁਕੇ। ਬਾਪੂ ਦੀ ਦਿਆਲਤਾ ਏਡੀ ਵੱਡੀ ਹੈ, ਹੁਣੇ ਤੁਸੀਂ ਸੁਣਿਆ, ਹੁਣ ਮਿਲਦੀ ਕਿਵੇਂ? ਮਹਾਂਪੁਰਖ ਉਸ ਸਮਾਂ ਆਪ ਜੀਆਂ ਦੇ ਦਰਸ਼ਨ ਕਰ ਰਹੇ, ਇੱਕ ਵਾਰੀ ਕਹਿ ਦਿਓ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਬੜੇ ਪਿਆਰ ਨਾਲ ਸਰਵਣ ਕਰੋ। ਗੁਰ ਨਾਨਕ ਜਾ ਕੋ ਭਇਆ ਦਇਆਲਾ, ਗੁਰੂ ਨਾਨਕ ਜਾਕੋ ਭਇਆ ਦਇਆਲਾ, ਸੋ ਜਨ ਹੋਆ ਸਦਾ ਨਿਹਾਲਾ, ਸੋ ਜਨ ਜਾਕੋ ਭਇਆ ਦਇਆਲਾ, ਗੁਰੂ ਨਾਨਕ ਜਾਕੋ ਭਇਆ ਦਇਆਲਾ, ਗੁਰੂ ਨਾਨਕ ਜਾਕੋ ਦਇਆਲਾ। ਸੰਗਤ ਜੀ, ਉਸ ਲਈ ਮੈਂ ਛੋਟੀ ਇੱਕ ਇਸ਼ਾਰਾ ਕਰ ਰਿਹਾ ਵੀ ਦਿਆਲਤਾ ਮਿਲਦੀ ਕਿਵੇਂ। ਅਤੇ ਪਹਿਲੇ ਮੈਂ ਜਾਣਾ ਸੀ ਜਦੋਂ ਮੋਬਾਇਲ ਨਹੀਂ ਸੀ ਹੁੰਦੇ, ਟੀ ਵੀ ਨਹੀਂ ਸੀ ਹੁੰਦੇ, ਉਹ ਫਿਰ ਲੰਬੀ ਗੱਲ ਹੋ ਜਾਣੀ ਸੀ ਥੋੜ੍ਹੀ। ਹਾਂ ਨਹੀਂ ਕੋਈ ਉਹ ਬਾਕੀ ਜਥੇ ਸੋਚ, ਤੂੰ ਤੇਰਾ ਖੁੱਲ੍ਹਾ ਲਿਖਿਆ। ਛੋਟਾ ਜਿਹਾ ਜਿਗਰ ਜੀ, ਪੱਤੋ ਕੀ ਇਲਾਕਾ, ਪੱਤੋ ਕੀ ਬਾਬਾ ਆਨੰਦ ਸਿੰਘ ਜੀ ਨੇ ਇਸ ਇਲਾਕੇ ਵਿੱਚ ਬਹੁਤ ਦੀਵਾਨ ਸਜਾਏ। ਪੂਰਨਮਾਸ਼ੀ ਦਾ ਦਿਨ ਅਤੇ ਪੱਤੋ ਕੀ ਦੀਵਾਨ ਲੱਗੇ ਆ। ਹੁਣ ਸੁਣਿਓ ਧਿਆਨ ਨਾਲ, ਗੱਲ ਛੋਟੀ ਹੈ, ਦੋ ਢਾਈ ਮਿੰਟ ਦੀ, ਵੀ ਚਲੋ ਸੰਜੇ ਜੀ ਦਾ ਹੁਕਮ ਹੈ, ਪਰ ਮੈਂ ਕਹਿੰਦਾ ਸਾਰੇ ਖੁਸ਼ੀ ਲੈਣ, ਅਮਨ ਜੀ, ਰਤੜਾ ਜੀ ਸਭ ਇਹ ਬੜੇ ਪਿਆਰ ਨਾਲ ਮਨਾਉਂਦੇ ਨੇ ਸਾਰਾ ਦਿਹਾੜੇ ਨੂੰ। ਪੱਤੋ ਕੀ ਇਲਾਕਾ ਹੈ, ਉੱਥੇ ਦੀਵਾਨ ਪੂਰਨਮਾਸ਼ੀ ਦੇ,
ਬਹੁਤ ਇਕੱਠ ਸੰਗਤ ਅਤੇ ਮੌਜ ਵਿੱਚ ਆ ਕੇ ਮਹਾਂਪੁਰਸ਼ਾਂ ਨੇ ਬਚਨ ਕੀਤੇ ਨੇ ਪੱਕਿਆ ਪਕਾਇਆ ਆਏਗਾ ਆਖੋ ਸਤਨਾਮ ਭੇਜੇਗਾ ਕਿਸੇ ਨੇ ਕੰਨ 'ਚ ਆ ਕੇ ਕਿਹਾ ਬਾਬਾ ਜੀ ਦੇ ਕਿ ਬਾਬਾ ਜੀ ਇਕੱਠ ਬਹੁਤ ਜ਼ਿਆਦਾ ਹੈ 20-25 ਹਜ਼ਾਰ ਦਾ ਇਕੱਠ ਹੈ ਲੰਗਰ ਨਾ ਥੋੜ ਜੇ ਆਖੋ ਸਤਨਾਮ ਕਿਉਂਕਿ ਉੱਥੇ ਉਹਨਾਂ ਦੀ ਜੋ ਵੀ ਮੌਜ ਸੀ ਵੀ ਜੋ ਪੱਕਿਆ ਹੁੰਦਾ ਸੀ ਬਾਬਾ ਜੀ ਕਈਆਂ ਨੂੰ ਨਾ ਮਿਲਿਆ ਤਾਂ ਉਹ ਫਿਰ ਕੀ ਕਹਿਣਾ ਵੇਖਿਓ ਦਿਆਲਤਾ ਕੀ ਹੈ ਕਿ ਦਿਆਲਤਾ ਮਿਲਦੀ ਕਿਵੇਂ ਹੈ ਅਤੇ ਅਸੀਂ ਆਮ ਅੱਛਾ ਨੂੰ ਐੜੇ ਨਾਲ ਕਹਿੰਦੇ ਹਾਂ ਅੱਛਾ ਬਾਬਾ ਜੀ ਹਾਹੇ ਨਾ ਬੋਲਦੇ ਸੀ ਅੱਛਾ ਬਰਾਗਣ 'ਤੇ ਬੈਠੇ ਬਾਬਾ ਜੀ ਕਿਸੇ ਆ ਕੇ ਦੱਸਿਆ ਵੀ ਬਾਬਾ ਜੀ ਵੀ ਸੰਗਤ ਇਕੱਠ ਬਹੁਤ ਹੈ ਅਤੇ ਲੰਗਰ ਨਾ ਥੋੜ੍ਹਾ ਜਿਹਾ ਅੱਛਾ ਹੁਣ ਗੱਲ 'ਚੋਂ ਨੁਕਤਾ ਲੈਣਾ ਹੋਰ ਨਾ ਕੁਝ ਵੇਖਣ ਇੱਕ ਮਿੰਟ ਸੋਚ ਕੇ ਕਹਿੰਦੇ ਲੰਗਰ ਪਿਆ ਕਿੱਥੇ ਹੈ ਫਲਾਣੀ ਜਗ੍ਹਾ ਕਾਹਦੇ 'ਚ ਪਿਆ ਜੀ ਟੱਪਾਂ 'ਚ ਪਿਆ ਅੱਛਾ ਸੰਗਤ ਜ਼ਿਆਦਾ ਪਹਿਲੀ ਅਵਸਥਾ 'ਚ ਵਜਨ ਕੀਤੇ ਹੋਏ ਸੀ ਭੇਜੇਗਾ ਅਤੇ ਛਕਾਂਗੇ ਪੱਕਿਆ ਪਕਾਇਆ ਹੁੰਦਾ ਪਿਆ ਕਿੱਥੇ ਫਲਾਣੀ ਜਗ੍ਹਾ ਕਿੱਥੇ ਟੱਪਾਂ 'ਚ ਵਰਤਾ ਕੌਣ ਰਿਹਾ ਜੀ ਜਥਾ ਇੱਥੋਂ ਦਾ 15-20 ਬੰਦੇ ਇਹ ਵੇਖੋ ਦਿਆਲਤਾ ਮਿਲਦੀ ਕਿਵੇਂ ਹੈ ਸੰਗਤ ਬਹੁਤ ਜ਼ਿਆਦਾ ਡਰੇ ਥੋੜ੍ਹੇ ਮੈਂ ਕਹਿੰਦਾ ਗੱਲ ਸਿਰਫ ਮਿੰਟ ਦੀ ਹੈ ਪਰ ਵੇਖਿਓ ਬਾਬਾ ਜੀ ਕਹਿੰਦੇ ਭਾਈ ਇੱਕ ਕੰਮ ਕਰੋ ਸਿਰ ਝੁਕਾਇਓ ਬਾਬਾ ਜੀ ਕਹਿੰਦੇ ਇੱਕ ਕੰਮ ਕਰੋ ਜਿੱਥੇ ਲੰਗਰ ਪਿਆ ਕੋਲ ਇੱਕ ਜਪਜੀ ਸਾਹਿਬ ਦਾ ਪਾਠ ਲਗਾਤਾਰ ਆਰੰਭ ਕਰ ਦਿਓ ਸਮਝਿਓ ਗੱਲਾਂ ਨਾਲ ਨਹੀਂ ਮਿਲਦੀ ਇਹਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਹੈ ਉਹ ਕੋਟਕਾ ਸਾਹਿਬ ਦੇ ਬਾ ਦਿਓ ਜਿੱਥੇ ਟੱਪ ਪਏ ਹੈ ਜਪਜੀ ਸਾਹਿਬ ਆਰੰਭ ਹੋ ਜੇ ਪਾਠ ਮੁੱਕ ਜੇ ਦੂਜਾ ਸ਼ੁਰੂ ਕਰ ਦੇ ਨਿਰੰਤਰ ਤੀਜਾ ਥੱਕ ਗਿਆ ਘੰਟੇ ਬਾਅਦ ਚੇਂਜ ਕਰ ਦੇ ਭਾਈ ਇੱਕ ਕੰਮ ਹੋਰ ਕਰਿਓ ਜੀ ਹੁਕਮ ਕਹਿੰਦੇ ਜਿਹੜਾ ਜਥਾ ਵਰਤਾ ਰਿਹਾ ਇਹ ਗੱਲਾਂ ਨੁਕਤੇ ਵਾਲੀਆਂ ਫੜਿਓ ਦਿਆਲਤਾ ਮਿਲਦੀ ਕਿਵੇਂ ਬਾਬਾ ਜੀ ਕਹਿੰਦੇ ਜਿਹੜਾ ਜਥਾ ਵਰਤਾ ਰਿਹਾ ਨਾ 15-20 ਬੰਦਿਆਂ ਮੁੰਡਿਆਂ ਦਾ ਉਹਨਾਂ ਨੂੰ ਇੱਕ ਗੱਲ ਕਹਿ ਦਿਓ ਕਿ ਲੰਗਰ ਵਰਤਾਉਂਦਿਆਂ ਮੂੰਹ ਵਿੱਚ ਬਾਣੀ ਦੀਆਂ 2 ਪੰਗਤੀਆਂ ਪੜੀ ਜਾਣ ਮੈਂ ਪੰਗਤੀਆਂ ਬੋਲਾਂਗਾ ਤੁਸੀਂ ਸਮਝ ਆਓਗੇ ਉਹਦਾ ਅਰਥ ਕੀ ਹੈ ਜਿਹੜਾ ਭੈ ਹੈ ਨਾ ਭੈ ਥੋੜ੍ਹ ਨਾ ਜਾਏ ਬਾਬਾ ਜੀ ਕਹਿੰਦੇ ਵਰਤਾਉਣ ਵਾਲੇ ਜਥੇ ਨੂੰ ਕਹੋ ਮੂੰਹ 'ਚ ਇਹ ਬੋਲੀ ਜਾਣਾ ਤਿਚਰ ਮੂਲ ਨਾ ਬੋਲੋ ਤਿਚਰ ਮੂਲ ਨਾ ਥੋੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਆਹ 2 ਪੰਗਤੀਆਂ ਕੀ ਅਰਥ ਹੈ ਦੱਸੋ ਕਿ ਜਿੱਥੇ ਤੂੰ ਕਿਰਪਾਲ ਹੋ ਜੇ ਉੱਥੇ ਨਹੀਂ ਥੁੜ ਸਕਦਾ ਕੁਝ ਬਾਬਾ ਜੀ ਕਹਿੰਦੇ ਉਹ ਜਥੇ ਨੂੰ ਵਰਤਾਉਣ ਵਾਲੇ ਕੋਲ ਇਹ ਪੰਗਤੀਆਂ ਪੜੀ ਚੜੀ ਸੰਗਤ ਜੀ 25,000 ਦੇ ਕਰੀਬ ਇਕੱਠ ਪੂਰਾ ਡਰ 5-10 ਹਜ਼ਾਰ ਬੰਦਾ ਅੱਜ ਛਕੇ ਤੋਂ ਬਿਨਾਂ ਚਲਾ ਜਾਣਾ ਕਿਉਂ ਮਰਿਆਦਾ ਉੱਥੇ ਪੱਕਿਆ ਪਕਾਇਆ ਹੋਣਾ ਉਹੀ ਵੰਡਣਾ ਸਾਰਾ ਭੋਗ ਪੈ ਗਿਆ ਸਮਾਪਤੀ ਹੋ ਗਈ 1,000-2,000 ਬੰਦੇ ਦਾ ਲੰਗਰ ਅਜੇ ਵੀ ਵੱਧ ਗਿਆ ਜਦੋਂ ਉਹਨਾਂ ਨੇ ਸਾਰਿਆਂ ਨੇ ਆ ਕੇ ਕਿਹਾ ਬਾਬਾ ਜੀ ਬੜੀ ਕਿਰਪਾ ਹੋ ਗਈ ਬੜੀ ਕਿਰਪਾ ਹੋ ਗਈ ਹੈ ਸਾਰੀ ਸੰਗਤ ਲੰਗਰ ਭੁਗਤ ਗਿਆ ਤਾਂ ਵੀ ਵੱਧ ਗਿਆ ਇੱਕ ਜਕਾਰਾ ਦੇਣਾ ਜਿਹੜਾ ਜਵਾਬ ਦਿੱਤਾ ਬਾਬਾ ਜੀ ਨੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਇਹ ਸਾਰੀ ਕਿਰਪਾ ਜਪਜੀ ਸਾਹਿਬ ਦੀ ਹੋਈ ਸਾਡੇ ਗੁਰਾਂ ਨੇ ਜਹਾਜ ਬਣਾਇਆ ਜਪਜੀ ਸਾਹਿਬ ਦਾ ਜਹਾਜ ਸੁਖਮਨੀ ਸਾਹਿਬ ਦਾ ਜਹਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਹਾਜ ਦਸਮ ਗ੍ਰੰਥ ਦਾ ਜਹਾਜ ਜਕਾਰਾ ਬੁਲਾਓ ਪਿਆਰ ਦੇ ਨਾਲ ਅੱਜ ਵਿਸ਼ਾ ਚੱਲਿਆ ਦਿਆਲਤਾ ਕਿੰਨੀ ਵੱਡੀ
ਤੇ ਦਿਆਲਤਾ ਮਿਲਦੀ ਕਿਵੇਂ ਹੈ? ਇੱਧਰ ਹੈਂਡਲ ਕਰ ਲਿਆ ਕਰੋ ਚੁਪਈ ਸਾਹਿਬ ਵੱਲ, ਜਪਜੀ ਸਾਹਿਬ ਵੱਲ। ਸਾਡੇ ਗੁਰਾਂ ਨੇ ਜਹਾਜ ਬਣਾਇਆ, ਆਜੋ ਜਿੰਨੇ ਸਾਡੇ ਬਣਾਇਆ, ਆਇਓ ਜਿਨੇ ਓ ਸਾਡੇ ਗੱਲ 2 ਮਿੰਟ ਦੀ ਬੋਲੀ ਵਿੱਚੋਂ ਲੈ ਜਾਣਾ। ਵਾਹਿਗੁਰੂ ਤੁਹਾਡੇ ਸਾਰਿਆਂ ਘਰ ਦੇ ਰੋਗਤਾ ਰੱਖੇ, ਪਰ ਕੋਈ ਘਰ 'ਚ ਢਿੱਲਾ ਮੱਟਾ ਹੋ ਜੇ, ਹਸਪਤਾਲ ਦਾਖਲ ਹੋ ਜੇ, ਕੁਝ ਨਹੀਂ ਕਰੋਗੇ ਤੇ ਕਰਮ ਵਰਤਣਗੇ। ਜੇ ਭਾਈ ਰਣਧੀਰ ਸਿੰਘ ਖੰਡ ਕੀਰਤਨੀ ਜਥੇ ਵਾਂਗੂ ਨੇੜੇ ਦੇ 2-4-5 ਬੰਦਿਆਂ ਨੂੰ ਕਹਿ ਦਿਓਗੇ ਸੁਖਮਨੀ ਸਾਹਿਬ ਆਰੰਭ ਕਰ ਦਿਓ, ਤੇ ਸਾਧ ਸੰਗਤ ਜੀ ਫਿਰ ਗੁਰੂ ਦੀ ਕਲਾ ਵਰਤੇਗੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਬੰਦੇ, ਪਰ ਤਖ ਗੁਰੂ ਨਿਸਤਰੇ ਸਾਡੇ ਗੁਰਾਂ ਨੇ। ਬੋਲੋ ਸਾਡੇ, ਵਾਹ ਵਾਹ, ਹੋਏ ਹੋਏ ਹੋਏ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਇਹ ਜਹਾਜ਼ ਵਿੱਚ ਰਤਨਾ ਦੇ ਸਾਗਰ ਭਰੇ ਪਏ ਨੇ, ਰਤਨਾ ਦੇ ਭੰਡਾਰ ਭਰੇ ਪਏ ਨੇ। ਹਾਂਜੀ, ਬਾਣੀ ਗੁਰਬਾਣੀ ਲਾਗੇ, ਬਾਣੀ ਗੁਰਬਾਣੀ ਲਾਗੇ, ਤਿੰਨ ਹੱਥ ਚੜਿਆ ਰਾਮ, ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿਲੇ ਪਾਰ ਲੰਘਣਾ। ਸੁਣਿਓ ਨਾ ਨਿਰਾ, ਬੋਲਿਓ ਨਾ ਨਿਰਾ, ਇਹ ਜਹਾਜ਼ ਦਾ ਆਸਰਾ ਲਿਆ ਕਰੋ ਹਰ ਵੇਲੇ। ਪਰਮੇਸ਼ਰ ਦਿੱਤਾ ਪੰਨਾ, ਦੁੱਖ ਰੋਗ ਕਢੇਰਾ ਪੰਨਾ, ਪਰਮੇਸ਼ਰ ਦਿੱਤਾ ਪੰਨਾ, ਕਢੇਰਾ ਪੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਕਰੀ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਆ ਸਭ ਨੀ ਜਾਈ। ਉਹ ਧੁਰ ਕੀ ਸਗਲੀ ਚਿੰਤ ਮਿਟਾਈ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿਲੇ ਪਾਰ ਲੰਘਣਾ। ਗੁਰਾਂ, ਵਾਹ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿੰਨ ਰਮ ਗੁਰਗਮ ਹਰਦਮ ਨੈਜਮ,
खिनगर खिनरम गुरगम हरदम जंजम हर कंठ नानक उरहारी रे हमारी प्यारी अमृत तारी गुर निमख न मन ते तारी रे साडे गुरा गुरु नानक जाको भया दयाला गुरु नानक जाको भया दयाला गुरु नानक जाको भया दयाला गुरु नानक सोजन होआ सदा निहाला सोजन होआ सदा निहाला गुरु नानक जाको ਦਿਆਲਤਾ ਮਿਲਦੀ ਕਿਵੇਂ ਹੈ ਗੁਰਬਾਣੀ ਦਾ ਲੜਨਾ ਛੱਡੋ ਆਖੋ ਸਤਨਾਮ ਸ੍ਰੀ ਵਾਹਿ ਇਹਦਾ ਨੇਮ ਵਧਾ ਦਿਆ ਇਹਦਾ ਪੱਲਾ ਫੜ ਲਓ ਉੱਥੋਂ ਦਿਆਲਤਾ ਤੁਹਾਡੇ ਲਾਉਣੀ ਸ਼ੁਰੂ ਹੋ ਜਾਏਗੀ ਇਹ ਸਾਰੀ ਸੰਗਤ ਨੂੰ ਬੇਨਤੀ ਹੈ ਤੁਸੀਂ ਪਲਾਟ ਲਿਆ ਉਹਦੀ ਨੀਂਹ ਰੱਖਣੀ ਹੈ ਇੰਜੀਨੀਅਰ ਕੋ ਨਕਸ਼ੇ ਬਣਾਓ ਮਿਸਤਰੀ ਮਜ਼ਦੂਰ ਠੇਕੇਦਾਰ ਸੈਟਿੰਗ ਕਰੋ ਅਤੇ ਨੀਂਹ ਰੱਖ ਦਿਓ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਕਰਮ ਵਰਤਣਗੇ ਜੋ ਕਰਮਾਂ 'ਚ ਲਿਖਿਆ ਵਰਤੇਗਾ ਪਰ ਨੀਂਹ ਰੱਖਣ ਤੋਂ ਪਹਿਲਾਂ ਕਿਤੇ ਇਹ ਦਿਆਲਤਾ ਵੱਲ ਹੋ ਜਾਓ ਕਿ 101 ਜਪਜੀ ਸਾਹਿਬ ਜਾਂ 51 ਜਪਜੀ ਸਾਹਿਬ ਜਾਂ 250 ਜਪਜੀ ਸਾਹਿਬ ਪਰਿਵਾਰ ਨੇ ਕਰਕੇ ਫਿਰ ਨੀਂਹ ਰੱਖਣੀ ਹੈ ਮੈਂ ਗੁਰੂ ਦੀ ਕਿਰਪਾ ਨਾਲ ਕਹਿਣਾ ਜਿਹਦੇ ਨੀਂਹ ਰੱਖੋਗੇ ਬਾਜਾਂ ਵਾਲੇ ਦੀਆਂ ਗੁਪਤ ਫੌਜਾਂ ਸ਼ਹੀਦ ਸਿੰਘ ਉਹ ਵੀ ਤੁਹਾਡੇ ਪਲਾਟ ਵਿੱਚ ਹਾਜ਼ਰੀ ਭਰਨ ਆਉਣਗੀਆਂ ਇਹ ਉਹ ਖਜ਼ਾਨਾ ਦਿਆਲਤਾ ਮਿਲੇਗੀ ਬਾਣੀ ਦਾ ਲੜ ਇਹਨੂੰ ਘੋੜੇ ਸਾਡੇ ਸਤਿਗੁਰਾਂ ਜਹਾਜ਼ ਬਣਾਇਆ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਆਖਿਆ ਦੋਨੋਂ ਵੱਡੇ ਜਹਾਜ਼ ਬਣਾਏ ਇੱਕ ਗੁਰੂ ਗ੍ਰੰਥ ਸਾਹਿਬ ਜੀ ਇੱਕ ਹਰਿਮੰਦਰ ਸਾਹਿਬ ਡਿੱਠੇ ਸਭੇ ਥਾਂ ਨਹੀਂ ਤੁਝੇ ਇਹ ਦੋਵਾਂ ਦਾ ਜ਼ਿਕਰ ਕੀਤਾ ਦੋਨੋਂ ਵੱਡੇ ਜਹਾਜ਼ ਬਣਾਏ ਭਰ ਭਰ ਪੂਰ ਸੋ ਪਾਰ ਲੰਘਾਏ ਇਹ ਦੋਵੇਂ ਵੱਡੇ ਜਹਾਜ਼ ਭਰ ਭਰ ਕੇ ਪੂਰ ਪਾਰ ਲੰਘਾ ਰਹੇ ਹੈ ਲੰਘਾਉਂਦੇ ਰਹਿਣਗੇ ਆਖੋ ਸਤਨਾਮ ਅਤੇ ਮੈਨੂੰ ਦੇਖੋ ਅੰਦਰੋਂ ਇਸ਼ਾਰਾ ਆਇਆ ਜੇ ਤੁਹਾਡਾ ਦਿਲ ਕਰੇ ਫਰੀਦਾਬਾਦ ਵਾਲਿਓ ਮਨੋਹਰ ਲਾਲ ਜੀ ਮੰਗਤੇ ਬਣ ਕੇ ਦਿਲ ਕੀਤਾ ਭੇਟਾ ਮੰਗ ਲਈ ਭੇਟਾ ਕਿਹੜੀ ਭੇਟਾ ਜੇ ਅੱਜ ਇਹ ਜਹਾਜ਼ ਦੀ ਗੱਲ ਸੁਣੀ ਜੇ ਦਿਆਲਤਾ ਮਿਲਦੀ ਕਿਵੇਂ ਸੁਣਿਆ ਅਤੇ ਜੇ ਸੰਗਤ ਪ੍ਰਵਾਨਗੀ ਦੇਵੇ ਇੱਕ ਭੇਟਾ ਦੇ ਦਿਓ ਕਿਹੜੀ ਤੁਹਾਡੇ ਦੋ ਬੱਚੇ ਹੈ ਤਿੰਨ ਹੈ ਪੋਤਰ ਹੈ ਪੋਤਰੀ ਹੈ ਦੋਤਰ ਹੈ ਦੋਤਰੀ ਹੈ ਜਾਂ ਮੁੰਡਾ ਬੇਟਾ ਬੇਟੀ ਹੈ ਤਿੰਨ ਨੇ ਚਾਰ ਨੇ ਅੱਜ ਆਹ ਭੇਟਾ ਦੇ ਦਿਓ ਹਰ ਬੱਚੇ ਦੇ ਜਨਮ ਦਿਨ 'ਤੇ 51 ਪਾਠ ਜਪਜੀ ਸਾਹਿਬ ਹਾਜ਼ਰੀ ਲਾਇਆ ਕਰਾਂਗੇ ਹਾਜ਼ਰੀ ਸਤਿ ਇੱਕ ਬੀਬੀ ਮੈਨੂੰ ਕਹਿੰਦੀ ਮੈਂ ਲੁਧਿਆਣੇ ਕਿਹਾ ਜੀ
ਇੱਕ ਬੀਬੀ ਕਹਿੰਦੀ ਜੀ ਹੁਣ ਮੇਰੇ ਬੱਚੇ ਦਾ ਜਨਮਦਿਨ 27 ਜੁਲਾਈ ਨੂੰ ਹੈ, ਮੈਂ 27 ਜੁਲਾਈ ਨੂੰ 52 ਪਾਠ ਕਿਵੇਂ ਕਰਨਾ? ਆਖੋ ਸਾਧਨਾ, ਤੁਹਾਡਾ ਕੁਐਸਚਨ ਨਾ ਹੋਵੇ ਤਾਂ ਮੈਂ ਕਿਹਾ ਤੁਹਾਡੇ ਬੱਚੇ ਦਾ ਜਨਮਦਿਨ 27 ਜੁਲਾਈ ਹੈ, 30 ਜੁਲਾਈ ਹੈ, ਅਗਸਤ ਹੈ, ਕੁਝ ਵੀ ਇੱਕ ਮਿਸਾਲ 27 ਜੁਲਾਈ ਹੈ, ਤੁਸੀਂ 13 ਜੁਲਾਈ ਤੋਂ ਸ਼ੁਰੂ ਕਰ ਲਓ, 12 ਤੋਂ ਕਰ ਲਓ, 15 ਤੋਂ ਕਰ ਲਓ, 8-10 ਦਿਨ ਪਹਿਲੇ ਸ਼ੁਰੂ ਕਰ ਲਓ, ਦਾਦਾ ਦਾਦੀ ਪਿਤਾ ਮਾਤਾ ਰਲ ਕੇ ਜਿਸ ਦਿਨ ਜਨਮਦਿਨ ਉਸ ਦਿਨ ਤੱਕ 52 ਪਾਠ ਪੂਰੇ ਹੋ ਜਾਣ, ਜਿਹੜਾ ਨੇੜੇ ਗੁਰਦੁਆਰਾ ਉੱਥੇ ਭਾਵੇਂ ਫਲਾਂ ਦਾ ਪ੍ਰਸ਼ਾਦ ਮਠਿਆਈ ਦਾ ਜਾਂ ਦੇਗ ਦਾ ਲੈ ਕੇ ਬੱਚੇ ਦੇ ਜਨਮਦਿਨ ਦੀ ਆਪ ਹੀ ਅਰਦਾਸ ਕਰ ਲਓ ਸਾਈਡ 'ਤੇ, ਮੈਂ ਗੁਰੂ ਦੇ ਭਰੋਸੇ ਨਾਲ ਕਹਿੰਦਾ, ਗੁੱਸਾ ਨਾ ਕਰਿਓ ਕਿਤੇ, ਬੱਚਾ ਜਿੱਦ ਕਰਦਾ ਕੇਕ ਕੱਟਣਾ ਪੈਂਦਾ, ਬੱਚਾ ਜਿੱਦ ਕਰਦੇ ਅੱਜ ਕੱਲ੍ਹ, ਕਟਾਓ ਕੱਟੋ ਜੀ, ਐੱਗ ਲੈਸ ਕੱਟਿਓ, ਕੱਟਣਾ ਹੋਵੇ ਆਂਡੇ ਤੋਂ ਬਗੈਰ, ਬਹੁਤ ਜਿੱਦ ਕਰੇ ਤਾਂ ਕੱਟਿਓ ਸਿਰ ਉਹਦੀ ਜਿੱਦ ਪਿੱਛੇ, ਪਰ ਇੱਕ ਖਾਨਾ ਰੱਖਿਓ, ਕੇਕ ਉੱਥੇ ਨਹੀਂ ਜੇ ਪਹੁੰਚਦਾ, ਤਾੜੀਆਂ ਉੱਥੇ ਨਹੀਂ ਜੇ ਪਹੁੰਚਦੀਆਂ, ਮੋਮਬੱਤੀਆਂ ਜਗਾ ਦਿਓ ਬੁਝਾ ਦਿਓ ਉੱਥੇ ਨਹੀਂ ਜੇ ਪਹੁੰਚਦੀਆਂ। ਫਰੀਦਾਬਾਦ ਵਾਲਿਓ ਇੱਕ ਨਵਾਂ ਰਿਵਾਜ਼ ਚੱਲ ਪਿਆ ਰਿਟਰਨ ਗਿਫਟ, ਆਖੋ ਸਾਧਨਾ, ਵੀ ਤੂੰ ਮੇਰੇ ਕੋਲ ਗਿਫਟ ਦੇ ਮੈਂ ਤੇਰੇ ਕੋਲ, ਜਦ ਤੱਕ 20-25 ਹਜ਼ਾਰ ਲੱਗੇ ਨਾ ਮਜ਼ਾ ਨਹੀਂ ਆਉਂਦਾ ਜਨਮਦਿਨ ਮਨਾਉਣ ਦਾ, ਆਖੋ ਸਾਧਨਾ, ਕੁਝ ਲੱਗਣ ਤਾਂ ਸਹੀ ਪੈਸੇ, ਕੇਕ ਉੱਥੇ ਨਹੀਂ ਜੇ ਪਹੁੰਚਦਾ, ਤਾੜੀਆਂ ਉੱਥੇ ਨਹੀਂ ਜੇ ਪਹੁੰਚਦੀਆਂ, ਮੋਮਬੱਤੀਆਂ ਜਗਾ ਦਿਓ ਬੁਝਾ ਦਿਓ ਉੱਥੇ ਨਹੀਂ ਜੇ ਪਹੁੰਚਦੀਆਂ, ਰਿਟਰਨ ਗਿਫਟ ਉੱਥੇ ਨਹੀਂ ਜੇ ਪਹੁੰਚਦੇ। ਪਰ ਮੈਂ ਗੁਰੂ ਦੇ ਭਰੋਸੇ ਕਹਿੰਦਾ ਜਿਹੜੇ 52 ਜਪਜੀ ਸਾਹਿਬ ਹਾਜ਼ਰੀ ਲਾਈ ਹੋਏਗੀ ਅਤੇ ਜਦੋਂ ਨੇੜੇ ਦੇ ਗੁਰਦੁਆਰੇ ਅਰਦਾਸ ਕਰਦੇ ਹੋਵੋਗੇ ਪ੍ਰਤੱਖ ਬਾਜਾਂ ਵਾਲੇ ਕੋਲ ਦਰਗਾਹ ਵਿੱਚ ਤੁਹਾਡੇ ਬੱਚੇ ਦੀ ਹਾਜ਼ਰੀ ਲੱਗੇਗੀ ਜਨਮਦਿਨ ਦੀ ਪ੍ਰਤੱਖ। ਸਤਿ ਸ੍ਰੀ ਅਕਾਲ। ਅੱਜ ਜੇ ਚਿੱਤ ਕਰੇ ਤੇ ਅੱਜ ਪ੍ਰਵਾਨਗੀ ਦੇ ਦਿਓ, ਹਰ ਆਪਣੇ ਬੱਚੇ ਦੇ ਜਨਮ ਤੋਂ 5-10-15 ਦਿਨ ਪਹਿਲੇ ਸ਼ੁਰੂ ਕਰ ਲਓ, ਅਤੇ ਇਹ ਪਤਾ ਲੱਗੇ ਵੀ ਐਡੇ ਐਡੇ ਵੱਡੇ ਕੀਰਤਨ ਦਰਬਾਰ ਜੋ ਵੀ ਵਾਹਿਗੁਰੂ ਦੇ ਤੁਹਾਡੇ ਦਿੱਤੇ ਖਰਚਿਆਂ 'ਚੋਂ ਖਰਚੇ ਸੰਗਤ ਦੇ ਸਾਰੇ ਉਪਰਾਲੇ ਮੁਖੀਆਂ ਦੇ ਅਤੇ ਦਾਸ ਪਹਿਲੇ ਹੱਥ ਖੜੇ ਕਰਦਾ ਸਾਰੇ ਦੇ ਦਿਓ ਪ੍ਰਵਾਨਗੀ, 52 ਪਾੜ ਦਾਦੇ ਦਾਦੀਆਂ ਸਭ ਖੜੇ ਕਰ ਦਿਓ, ਪਿਤਾ ਮਾਤਾ ਸ਼ਾਬਾਸ਼, ਆ ਕਰੀ ਰੱਖੋ, ਕੈਮਰਾ ਨਹੀਂ ਅਜੇ ਆਇਆ ਤੁਹਾਡੇ ਵੱਲ, ਆ ਕਰਦੇ ਜਿਹੜਾ ਫਤਿਹ ਟੀਵੀ, ਗੁਰਦੇਵ ਸਿੰਘ ਆਸਟ੍ਰੇਲੀਆ ਵਾਲੀਆਂ ਰੰਗੀਆਂ ਰੂਹਾਂ ਦੇ, ਬਹੁਤ ਰੰਗੀ ਰੂਹ ਹੈ। ਹੁਣ ਅੱਗੋਂ ਵੀਰ ਜੀ ਆਪਣਾ ਪ੍ਰੋਗਰਾਮ ਦੱਸਣਗੇ ਆਪ ਜੀ। ਵਾਹਿਗੁਰੂ ਵਾਹਿਗੁਰੂ ਭਰੇ ਇੱਕ ਗੁਣ ਨਾਹੀ